ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ 730 ਪ੍ਰੋਫਾਈਲਸ ਵਾਰੀ ਜਿਹੜੀ ਲੜੀ ਚੱਲ ਰਹੀ ਆ ਉਹਦੇ ਵਿੱਚ ਪਾਰਟ 2 ਜਿਹਦੇ ਵਿੱਚ 101 ਤੋਂ ਲੈ ਕੇ 200 ਤੱਕ ਪ੍ਰੋਫਾਈਲਸ ਨੇ ਸਿਰਫ ਔਰ ਸਿਰਫ ਲੜਕੀਆਂ ਦੇ ਸੋ 让我们 ਬਿਗਨ ਜਿਹੜਾ ਸਾਡੇ ਕੋਲ ਪਹਿਲਾ ਪ੍ਰੋਫਾਈਲ ਪਹੁੰਚਿਆ ਹੈ ਮੀਨਸ ਪ੍ਰੋਫਾਈਲ ਨੰਬਰ 101 ਉਹ ਹੈ ਖੱਤਰੀ ਕਾਸਟ ਦੀ ਲੜਕੀ ਜਿਹੜੀ ਰਾਧਾ ਸੋਮੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੋ ਹੈਗੀ ਆ 27 8 1998 ਜੀ ਹਾਂ 27th ਅਗਸਟ 1998 ਲੜਕੀ ਦੀ ਜਿਹੜੀ ਹਾਈਟ ਆ ਉਹ ਹੈਗੀ ਆ 5 ਫੁੱਟ 5 ਇੰਚ ਐਂਡ ਇਹਨਾਂ ਨੇ ਬੀ ਟੈਕ ਕੀਤੀ ਹੋਈ ਆ ਇਹ ਜਿਹੜੇ ਨੇ ਅਸ ਟਾਈਮ ਆਸਟ੍ਰੇਲੀਆ ਦੇ ਵਿੱਚ ਪੀ ਆਰ ਨੇ ਔਰ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਹੀ ਪੀ ਆਰ ਜਿਹੜਾ ਪ੍ਰੋਫਾਈਲ ਚਾਹੀਦਾ ਹੈ ਇਹ ਬਿਲੋਂਗ ਕਰਦੇ ਨੇ ਮੋਗਾ ਸਿਟੀ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 102 ਮੱਝਵੀ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 1 ਜਨਵਰੀ 2000 ਜੀ ਹਾਂ 1 ਜਨਵਰੀ 2000 ਤੇ ਇਹਨਾਂ ਦੀ ਜਿਹੜੀ ਹਾਈਟ ਆ ਹੈਗੀ ਆ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਇਹਨਾਂ ਦੀ ਹੈਗੀ ਆ ਬੀ ਕਾਮ ਔਰ ਇਹਨਾਂ ਨੇ ਆਈਲਟਸ ਕੀਤੀ ਹੋਈ ਹੈ ਇਹਨਾਂ ਦੇ 6.5 ਮੈਂਟ ਨੇ 6.5 ਮੈਂਟ ਲੜਕੀ ਜਿਹੜੀ ਆ ਇਹ ਬਿਲੋਂਗ ਕਰਦੀ ਹੈ ਪਟਿਆਲਾ ਸਿਟੀ ਨੂੰ ਔਰ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 103 ਰਵੀ ਦਾਸੀ ਆਕਾਸਟ ਦੀ ਲੜਕੀ ਜਿਨ੍ਹਾਂ ਦੀ ਡੇਟ ਆਫ ਬਰਥ ਹੈ 17/2/2001 17th ਫੈਬਰੂਰੀ 2001 ਲੜਕੀ ਨੇ ਬੀ ਐਸ ਸੀ ਆਈਟੀ ਕੀਤੀ ਹੋਈ ਹੈ ਐਂਡ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਇਹ ਲੜਕੀ ਜਿਹੜੀ ਆ ਸੰਗਰੂਰ ਏਰੀਆ ਨੂੰ ਬਿਲੋਂਗ ਕਰਦੀ ਔਰ ਇਹਨਾਂ ਨੂੰ ਕੋਈ ਗਵਰਨਮੈਂਟ ਜੌਬ ਵਾਲਾ ਪ੍ਰੋਫਾਈਲ ਚਾਹੀਦਾ ਹੈ। ਨੈਕਸਟ ਹੈ ਪ੍ਰੋਫਾਈਲ ਨੰਬਰ 104 ਜੱਟ ਸਿੱਖ ਕਾਸਟ ਦੀ ਲੜਕੀ ਹੈ। 18/5/1995 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਆ। 18th ਮਈ 1995। ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਆ BDS। ਲੜਕੀ ਜਿਹੜੀ ਹੈ ਯੂਐਸਏ ਦੇ ਵਿੱਚ ਪੀਆਰ ਆ। ਔਰ ਇਹਨਾਂ ਨੇ ਯੂਐਸਏ ਦੇ ਵਿੱਚ ਹੀ ਜਿਹੜਾ ਲੜਕਾ ਵੈਲ ਸੈਟਲ ਜਿਹੜਾ ਚਾਹੀਦਾ ਹੈ। ਐਂਡ ਇਹ ਬਿਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਨੈਕਸਟ ਹੈ ਪ੍ਰੋਫਾਈਲ ਨੰਬਰ 105 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 18/7/1992 ਲੜਕੀ ਨੇ ਬੀਟਕ ਕੀਤਾ ਹੋਇਆ ਹੈ ਲੜਕੀ ਦੀ ਜਿਹੜੀ ਹਾਈਟ ਆ 5 ਫੁੱਟ 6 ਇੰਚ ਹੈ ਲੜਕੀ ਜਿਹੜੀ ਪ੍ਰਾਈਵੇਟ ਪ੍ਰੋਫੈਸਰ ਹੈ ਐਂਡ ਇਹਨਾਂ ਦਾ ਇੱਕ ਬ੍ਰਦਰ ਹੈ ਜਿਹੜਾ ਗਵਰਨਟ ਜੋਬ ਕਰਦਾ ਹੈ ਬੈਂਕ ਦੇ ਵਿੱਚ ਜ਼ਮੀਨ ਇਹਨਾਂ ਦੀ ਜਿਹੜੀ 25 ਏਕੜ ਹੈ ਔਰ ਇਹਨਾਂ ਨੂੰ ਗਵਰਨਟ ਜੋਬ ਵਾਲਾ ਪ੍ਰੋਫਾਈਲ ਹੀ ਚਾਹੀਦਾ ਹੈ ਇਹ ਬਿਲੋਂਗ ਕਰਦੇ ਨੇ ਜੀ ਮੁਕਸਰ ਸਿਟੀ ਤੋਂ ਨੈਕਸਟ ਹੈ ਪ੍ਰੋਫਾਈਲ ਨੰਬਰ 106 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 21 ਜਨਵਰੀ 1997 21 ਜਨਵਰੀ 1997 ਹਾਈਟ ਇਹਨਾਂ ਦੀ 5 ਫੁੱਟ 5 ਇੰਚ ਇਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਔਰ ਇਹ ਬਿਲੋਂਗ ਕਰਦੇ ਨੇ ਮੋਗਾ ਸਿਟੀ ਤੋਂ ਮੋਗਾ ਇਹਨਾਂ ਦਾ ਏਰੀਆ ਹੈ ਔਰ ਇਹਨਾਂ ਨੂੰ ਚਾਹੀਦਾ ਹੈ ਐਨਆਰਆਈ ਪ੍ਰੋਫਾਈਲ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 107 ਮਹਿਰਾ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 23/8/1998 ਜੀ ਹਾਂ 23rd ਅਗਸਟ 1998 ਲੜਕੀ ਦੀ ਜਿਹੜੀ ਹਾਈਟ ਹੋਏਗੀ 5 ਫੁੱਟ 6 ਇੰਚ ਐਂਡ ਲੜਕੀ ਜਿਹੜੀ ਉਹ ਅਮਰਤਧਾਰੀ ਹੈ ਬੀ ਕਾਮ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਔਰ ਇਹ ਬਿਲੋਂਗ ਕਰਦੇ ਨੇ ਫਰੀ ਫਰੀਦਕੋਟ ਏਰੀਆ ਤੋਂ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਪ੍ਰੋਫਾਈਲ ਨੰਬਰ 108 ਸਾਂਸੀ ਕਾਸਤ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਗੋਤ ਹੈ ਉਹ ਹੈਗੀ ਹੈ ਵਿਡੋ ਇਹਨਾਂ ਦੀ ਡੇਟ ਆਫ ਬਰਥ 16 7 1992 ਜੀ ਹਾਂ 16th ਜੁਲਾਈ 1992 5 ਫੁੱਟ 6 ਇੰਚ ਇਹਨਾਂ ਦੀ ਹਾਈਟ ਆ ਔਰ ਇਹ ਕੀ ਆ ਗਵਰਨਮੈਂਟ ਜੌਬ ਕਰਦੇ ਨੇ ਹਸਪੀਟਲ ਦੇ ਵਿੱਚ ਐਂਡ ਇਹਨਾਂ ਦੀ ਜਿਹੜੀ ਜੌਬ ਆ ਇਹ ਪਰਮਾਨੈਂਟ ਜੌਬ ਆ ਇਹ ਬਿਲੋਂਗ ਕਰਦੇ ਨੇ ਤਰਨਤਾਰਨ ਸਿਟੀ ਤੋਂ ਹਾਂਜੀ ਨੈਕਸਟ ਆ ਜੀ ਪ੍ਰੋਫਾਈਲ ਨੰਬਰ 109 ਰਾਜਪੂਤ ਸਰਦਾਰ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 11 9 1995 ਜੀ ਹਾਂ 11th ਸਪਟੈਂਬਰ 1995 ਇਹਨਾਂ ਦੀ ਜਿਹੜੀ ਹਾਈਟ ਹੈਗੀ ਆ 5 ਫੁੱਟ 5 ਇੰਚ ਇਹ ਗਵਰਨਮੈਂਟ ਟੀਚਰ ਨੇ ਐਜ਼ ਅ ਕੰਪਿਊਟਰ ਟੀਚਰ ਦੇ ਤੌਰ ਤੇ ਕੰਮ ਕਰ ਰਹੇ ਨੇ ਐਂਡ ਇਹ ਬਿਲੋਂਗ ਕਰਦੇ ਨੇ ਬਰਨਾਲਾ ਸਿਟੀ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 110 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 22 7 1997 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਇਹ ਲੜਕੀ ਜਿਹੜੀ ਉਹ ਕੈਨੇਡਾ ਦੇ ਵਿੱਚ ਪੀਆਰ ਆ ਔਰ ਉੱਥੇ ਇਹਨਾਂ ਦਾ ਟਰਕਿੰਗ ਦਾ ਵਰਕ ਹੈ ਟਰਕਿੰਗ ਦੇ ਵਿੱਚ ਇਹ ਜੋਬ ਕਰ ਰਹੇ ਨੇ ਐਂਡ ਇਹ ਬਿਲੋਂਗ ਕਰਦੇ ਨੇ ਪੰਜਾਬ ਦੇ ਵਿੱਚ ਫਾਜ਼ਿਲਕਾ ਏਰੀਆ ਤੋਂ ਨੈਕਸਟ ਆ ਜੀ ਪ੍ਰੋਫਾਈਲ ਨੰਬਰ 111 ਸੰਸੀ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਗੋਤ ਹੈ ਮਹਲਾ 17 8 1996 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 17th August 1996 ਐਂਡ ਜਿਹੜੀ ਇਹਨਾਂ ਦੀ ਹਾਈਟ ਹੈਗੀ 5 ਫੁੱਟ 4 ਇੰਚ ਇਹ ਐਜ਼ ਅ ਗਵਰਨਮੈਂਟ ਟੀਚਰ ਜੌਬ ਕਰ ਰਹੇ ਨੇ ਜਲੰਧਰ ਸਿਟੀ ਦੇ ਵਿੱਚ ਔਰ ਇਹਨਾਂ ਨੂੰ ਗਵਰਨਮੈਂਟ ਜੌਬ ਵਾਲਾ ਜਿਹੜਾ ਪ੍ਰੋਫਾਈਲ ਉਹ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 112 ਅਗਰਵਾਲ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ 19 7 1994 ਜੀ ਹਾਂ 19 ਜੁਲਾਈ 1994 ਹਾਈਟ ਇਹਨਾਂ ਦੀ ਹੈਗੀ ਆ ਜੀ 5 ਫੁੱਟ 3 ਇੰਚ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿਹੜੀ ਉਹ ਹੈ ਇਹਨਾਂ ਦੀ ਬੀਏ ਪਲੱਸ ਪੀਜੀਡੀਸੀਏ ਗ੍ਰੈਜੂਏਸ਼ਨ ਤੋਂ ਬਾਅਦ ਇਹਨਾਂ ਨੇ ਪੀਜੀਡੀਸੀਏ ਕੀਤਾ ਹੈ ਔਰ ਹੁਣ ਐਟ ਪ੍ਰੈਜੈਂਟ ਕੀ ਹੈ ਕਿ ਪ੍ਰਾਈਵੇਟ ਇੰਸਟੀਚੂਟ ਦੇ ਵਿੱਚ ਇਹ ਜੋਬ ਕਰ ਰਹੇ ਨੇ ਐਜ਼ ਅ ਕੰਪਿਊਟਰ ਆਪਰੇਟਰ ਤੇ ਇਹ ਬਿਲੋਂਗ ਕਰਦੇ ਨੇ ਸੰਗਰੂਰ ਏਰੀਆ ਤੋਂ ਇਹਨਾਂ ਨੂੰ ਗਵਰਨਮੈਂਟ ਜੋਬ ਵਾਲਾ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 113 ਮਹਾਸ਼ਾ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 21/7/1991 ਜੀ ਹਾਂ 21 ਜੁਲਾਈ 1991 ਲੜਕੀ ਦੀ ਜਿਹੜੀ ਹਾਈਟ ਹੈ ਉਹ ਹੈਗੀ ਆ 5 ਫੁੱਟ 5 ਇੰਚ ਲੜਕੀ ਜਿਹੜੀ ਐਮਬੀਬੀਐਸ ਡਾਕਟਰ ਹੈ ਔਰ ਇਹ ਬਿਲੋਂਗ ਕਰਦੇ ਨੇ ਫਤੇਗੜ ਸਾਹਿਬ ਤੋਂ ਇਹਨਾਂ ਨੂੰ ਗਵਰਨਮੈਂਟ ਜੋਬ ਵਾਲਾ ਹੀ ਪ੍ਰੋਫਾਈਲ ਜਿਹੜਾ ਉਹ ਚਾਹੀਦਾ ਹੈ ਜਿਸ ਲੜਕੇ ਨੇ BDS ਜਾਂ MBBS ਦੀ ਡਿਗਰੀ ਕੀਤੀ ਹੋਵੇ ਹਾਂਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 114 ਮਹਾਜਨ ਕਾਸ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 22/7/2002 ਜੀ ਹਾਂ 22 ਜੁਲਾਈ 2002 ਜਿਹੜੀ ਲੜਕੀ ਹੈ ਇਹ ਪਲੱਸ 2 ਪਾਸ ਹੈ ਔਰ ਇਹਨਾਂ ਦੀ ਜਿਹੜੀ ਹਾਈਟ 5 ਫੁੱਟ 5 ਇੰਚ ਹੈ ਏਰੀਆ ਇਹਨਾਂ ਦਾ ਮਾਨਸਾ ਹੈ ਔਰ ਇਹਨਾਂ ਨੂੰ ਕੋਈ ਪ੍ਰਾਈਵੇਟ ਜੌਬ ਕਰਦਾ ਲੜਕਾ ਜਿਹੜਾ ਉਹ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 115 ਖੱਤਰੀ ਕਾਸਟ ਦੀ ਲੜਕੀ ਹੈ ਜਿਹਨਾਂ ਦੀ ਜਿਹੜੀ ਡੇਟ ਆਫ ਬਰਥ ਹੈਗੀ ਆ 17 6 2000 ਜੀ ਹਾਂ 17 ਜੂਨ 2000 ਐਂਡ ਇਹਨਾਂ ਦੀ ਜਿਹੜੀ ਹਾਈਟ ਆ ਉਹ ਹੈਗੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਇਹਨਾਂ ਦੀ ਹੈਗੀ ਗ੍ਰੈਜੂਏਸ਼ਨ ਬੀਏ ਇਹਨਾਂ ਨੇ ਕੀਤੀ ਆ ਔਰ ਇਹ ਜਿਹੜੇ ਨੇ ਐਟ ਪ੍ਰੈਜ਼ੈਂਟ ਕੀ ਆ ਪ੍ਰਾਈਵੇਟ ਸਕੂਲ ਦੇ ਵਿੱਚ ਜੋਬ ਕਰ ਰਹੇ ਨੇ ਔਰ ਇਹ ਐਨਆਰਆਈ ਪ੍ਰੋਫਾਈਲ ਲੱਭ ਰਿਹਾ ਇਹ ਇਹ ਜਿਹੜਾ ਪ੍ਰੋਫਾਈਲ ਹੈ 115 ਨੰਬਰ A ਬਿਲੋਂਗ ਕਰਦਾ ਹੈ ਪਵਾਨੀਗੜ ਏਰੀਆ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 116 ਬ੍ਰਾਹਮਣ ਕਾਸਟ ਦੀ ਲੜਕੀ ਹੈ ਡੇਟ ਆਫ ਬਰਥ ਹੈ 21/4/1992 ਜੀਹਾਂ 21 ਅਪ੍ਰੈਲ 1992 ਲੜਕੀ ਦੀ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਇਹਨੇ ਦੀ ਹੈ ਐਮ ਕਮ ਔਰ ਇਹ ਰੂਪਨਗਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੂੰ ਗਵਰਨਮੈਂਟ ਜੋਬ ਵਾਲਾ ਪ੍ਰੋਫਾਈਲ ਹੀ ਚਾਹੀਦਾ ਹੈ ਨੈਕਸਟ ਹੈ ਪ੍ਰੋਫਾਈਲ ਨੰਬਰ 117 ਸੁਨਿਆਰਾ ਕਾਸਟ ਦੀ ਲੜਕੀ ਹੈ 26/7/1996 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਲੜਕੀ ਦੀ ਕੁਆਲਿਫੀਕੇਸ਼ਨ ਜਿਹੜੀ ਉਹ ਬੀਕੋਮ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਔਰ ਇਹ ਵਾਲੀ ਜਿਹੜੀ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੀ ਨੇ ਡੱਬ ਵਾਲੀ ਤੋਂ ਔਰ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਪ੍ਰੋਫਾਈਲ ਹੀ ਚਾਹੀਦਾ ਹੈ ਹਾਂਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 118 ਮਹਿਰਾ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈਗੀ ਆ 23 7 1995 ਜੀ ਹਾਂ 20 3rd ਜੁਲਾਈ 1995 ਲੜਕੀ ਜਿਹੜੀ ਉਹ ਜਰਮਨ ਦੇ ਵਿੱਚ ਰਹਿ ਰਹੀ ਹੈ 5 ਫੁੱਟ 3 ਇੰਚ ਜਿਹੜੀ ਨਾਲ ਦੀ ਹਾਈਟ ਆ ਔਰ ਇਹ ਬਿਲੋਂਗ ਕਰਦੇ ਨੇ ਰੋਪੜ ਏਰੀਆ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 119 ਸ਼ਰਮਾ ਕਾਸਤ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 21 6 97 ਜੀ ਹਾਂ 21st ਜੁਲਾਈ ਸੌਰੀ 21st ਜੂਨ 1997 ਲੜਕੀ ਜਿਹੜੀ ਪਲੱਸ 2 ਪੜ੍ਹੀ ਹੋਈ ਹੈ ਨਾਲ ਸਲਾਈ ਕਢਾਈ ਦੇ ਜੌਬ ਕਰਦੀ ਹੈ ਕੰਮ ਸਿੱਖਿਆ ਹੋਇਆ ਹੈ ਸਾਰਾ ਉਹਨਾਂ ਨੇ ਔਰ ਇਹਨਾਂ ਦੀ ਆਪਣੀ ਖੁਦ ਦੀ ਸ਼ਾਪ ਹੈ ਬਿਲੋਂਗ ਕਰਦੇ ਨੇ ਮੁਹੱਲੀ ਤੋਂ ਇਹਨਾਂ ਨੂੰ ਸ਼ਰਮਾ ਕਾਸਟ ਦੇ ਵਿੱਚ ਹੀ ਲੜਕਾ ਜਿਹੜਾ ਉਹ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 120 ਰਵੀਦਾਸੀ ਕਾਸਟ ਦੀ ਲੜਕੀ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 22/7/1992 ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਨਾਂ ਦੀ ਬੀਕਾਮ ਹਾਈਟ ਇਹਨਾਂ ਦੀ 5 ਫੁੱਟ 6 ਇੰਚ ਐਂਡ ਇਹ ਪ੍ਰਾਈਵੇਟ ਜੌਬ ਕਰਦੇ ਨੇ ਬਿਲੋਂਗ ਕਰਦੇ ਨੇ ਪੰਜਾਬ ਦੇ ਵਿੱਚ ਰਾਈਕੋਟ ਤੋਂ ਔਰ ਇਹਨਾਂ ਨੂੰ ਆਪਣੇ ਨੇੜੇ ਤੇੜੇ ਤੋਂ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਹਾਂਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 121 ਜੱਟ ਸਿੱਖ ਕਾਸ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 26/3/1995 ਜੀਹਾਂ 26th ਮਾਰਚ 1995 ਲੜਕੀ ਦੀ ਹਾਈਟ ਹੈ 5 ਫੁੱਟ 5 ਇੰਚ ਲੜਕੀ ਗਵਰਨਮੈਂਟ ਜੋਬ ਕਰਦੀ ਹੈ ਐਜ਼ ਅ ਟੀਚਰ ਐਂਡ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਐਮਏ ਇੰਗਲਿਸ਼ ਬੀਐਡ ਐਂਡ ਹਾਂਜੀ ਇਹ ਬਿਲਾਉਂਗ ਕਰਦੇ ਨੇ ਖੰਨਾ ਸਿਟੀ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 122 ਜੱਟ ਸਿੱਖ ਕਾਸਟ ਦੀ ਲੜਕੀ ਹੈ 27 4 1993 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 27th April 1993 5 ਫੁੱਟ 4 ਇੰਚ ਇਹਨਾਂ ਦੀ ਜਿਹੜੀ ਹਾਈਟ ਆ ਇਹ ਲੜਕੀ ਦੀ ਕੁਆਲੀਫਿਕੇਸ਼ਨ ਹੈ ਐਮਬੀਏ ਐਂਡ ਲੜਕੀ ਜਿਹੜੀ ਆਡ ਪ੍ਰੈਜ਼ੈਂਟ ਪ੍ਰਾਈਵੇਟ ਜੌਬ ਕਰ ਰਹੀ ਹੈ ਇਹ ਬਿਲੋਂਗ ਕਰਦ ਨੇ ਚੰਡੀਗੜ੍ਹ ਸਿਟੀ ਤੋਂ ਔਰ ਇਹਨਾਂ ਨੂੰ ਪ੍ਰਾਈਵੇਟ ਜੌਬ ਕਰਦਾ ਅੱਛੀ ਸੈਲਰੀ ਲੈਣ ਵਾਲਾ ਜਿਹੜਾ ਪ੍ਰੋਫਾਈਲ ਉਹ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 123 ਜੱਟ ਸਿੱਖ ਕਾਸਦੀ ਲੜਕੀ ਹੈ ਜਿਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ 21 5 1997 ਜੀ ਹਾਂ 21 ਮਈ 1997 ਲੜਕੀ ਦੀ ਜਿਹੜੀ ਹਾਈਟ ਹੈ ਹੈਗੀ ਆ 5 ਫੁੱਟ 1 ਇੰਚ ਲੜਕੀ ਪਲੱਸ 2 ਪਾਸ ਹੈ ਔਰ ਲੜਕੀ ਜਿਹੜੀ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਔਰ ਇਹ ਬਿਲੋਂਗ ਕਰਦੇ ਨੇ ਪੰਜਾਬ ਦੇ ਵਿੱਚ ਸਹਨੇਵਾਲ ਤੋਂ ਔਰ ਇਹਨਾਂ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਜਿਹੜਾ ਲੜਕਾ ਜਿਸ ਦੀ ਹਾਂਜੀ ਜਿਸ ਦੀ ਇਹ ਹੈ ਜਿਹੜੀ ਜ਼ਮੀਨ ਹੈ ਕੋਈ 5 ਏਕੜ ਤੋਂ ਉੱਪਰ ਹੋਵੇ ਔਰ ਲੜਕਾ ਜਿਹੜਾ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਇਸ ਤਰ੍ਹਾਂ ਦਾ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 100 24 ਜਟ ਸਿਕਾਸ਼ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 27 5 1996 ਲੜਕੀ ਦੀ ਜਿਹੜੀ ਹਾਈਟ ਹੈਗੀ 5 ਫੁੱਟ 2 ਇੰਚ ਲੜਕੀ ਦੀ ਕੁਆਲਿਫਿਕੇਸ਼ਨ ਹੈ ਪਲੱਸ 2 ਉਸ ਤੋਂ ਬਾਅਦ ਇਹਨਾਂ ਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਐਂਡ ਇਹ ਬਿਲੋਂਗ ਕਰਦੇ ਨੇ ਸਮਰਾਲਾ ਏਰੀਆ ਤੋਂ ਔਰ ਇਹ ਵੀ ਜਿਹੜੀ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਐਂਡ ਇਹਨਾਂ ਨੂੰ ਆਪਣਾ ਲੁਧਿਆਣਾ ਸਮਰਾਲਾ ਸਾਹਨੇਵਾਲ ਇਸ ਏਰੀਆ ਤੋਂ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 125 ਜੱਟ ਸਿੱਖ ਕਾਸ ਦੀ ਲੜਕੀ ਹੈ ਜਿਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 26 6 1997 ਜੀ ਹਾਂ 26th ਜੂਨ 1997 ਐਂਡ ਲੜਕੀ ਦੀ ਜਿਹੜੀ ਹਾਈਟ ਆ ਉਹ 5 ਫੁੱਟ ਹੈ ਪੂਰੀ 5 ਫੁੱਟ ਲੜਕੀ ਦੀ ਕੁਆਲੀਫਿਕੇਸ਼ਨ ਜਿਹੜੀ ਉਹ MBA ਹੈ ਲੜਕੀ ਜਿਹੜੀ ਆ ਜੌਬ ਕਰ ਰਹੀ ਆ ਕੰਪਨੀ ਦੇ ਵਿੱਚ ਪੂਨੇ ਔਰ ਇਹਨਾਂ ਦੀ ਜਿਹੜੀ ਮੰਥਲੀ ਸੈਲਰੀ ਉਹ ਹੈਗੀ ਆ 2.5 ਲੱਖ ਰੁਪਇਆ 2.5 ਲੈਕਸ ਬਹੁਤ ਅੱਛੀ ਜਿਹੜੀ ਇਹਨਾਂ ਦੀ ਜੋਬ ਆ ਔਰ ਲੜਕੀ ਜਿਹੜੀ ਆ ਉਹ ਫਰੀਦਕੋਟ ਏਰੀਆ ਨੂੰ ਬਿਲੋਂਗ ਕਰਦੀ ਆ ਪੰਜਾਬ ਤੋਂ ਹਾਂਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 126 ਮਹਾਸ਼ਾ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆ ਆਫ ਬਰਥ ਹੈਗੀ ਆ 21 1991 ਜੀ ਹਾਂ 21 ਜਨਵਰੀ 1991 ਇਨਾਂ ਦੀ ਕੁਆਲਿਫੀਕੇਸ਼ਨ ਹੈ 5 ਫੁੱਟ 6 ਸੌਰੀ ਇਨਾਂ ਦੀ ਜਿਹੜੀ ਹਾਈਟ ਹੈ ਉਹ ਹੈਗੀ ਆ 5 ਫੁੱਟ 6 ਇੰਚ ਇਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਹੈ ਗ੍ਰੈਜੂਏਸ਼ਨ ਔਰ ਇਹ ਵਾਲੀ ਜਿਹੜੀ ਲੜਕੀ ਹੈ ਇਹ ਜੌਬ ਕਰ ਰਹੀ ਆ ਗਵਰਨਮੈਂਟ ਜੌਬ ਐਜ਼ ਅ ਪੁਲਿਸ ਕਨਸਟੇਬਲ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਮੰਡੀ ਗੋਬਿੰਦਗੜ ਤੋਂ ਹਾਂਜੀ ਨੈਕਸਟ ਹੈ ਪ੍ਰੋਫਾਈਲ ਨੰਬਰ 127 ਮਜਬੀ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 22 8 1997 5 ਫੁੱਟ 6 ਇੰਚ ਇਹਨਾਂ ਦੀ ਹਾਈਟ ਆ ਔਰ ਇਹ ਵਾਲੀ ਜਿਹੜੀ ਲੜਕੀ ਹੈ ਇਹ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੀ ਹੈ ਔਰ ਇਹ ਬਿਲੋਂਗ ਕਰਦੀ ਹੈ ਮੋਹਾਲੀ ਤੋਂ ਪੰਜਾਬ ਦੇ ਵਿੱਚ ਮੋਹਾਲੀ ਤੋਂ ਹੀ ਬਿਲੋਂਗ ਕਰਦੇ ਨੇ ਐਂਡ ਇਹਨਾਂ ਨੂੰ ਗਵਰਨਟ ਜੌਬ ਵਾਲਾ ਪ੍ਰੋਫਾਈਲ ਹੀ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 128 ਕੰਬੋਜ ਸਿੱਖ ਕਾਸ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 21 6 1995 ਜੀ ਹਾਂ 21 ਜੂਨ 1995 ਇਹਨਾਂ ਦੀ ਜਿਹੜੀ ਹਾਈਟ ਆ ਹੈਗੀ 5 ਫੁੱਟ 2 ਇੰਚ ਜਿਹੜੀ ਲੜਕੀ ਆ ਇਹ ਐਜ਼ ਅ ਟੀਚਰ ਜਿਹੜੀ ਜੋਬ ਕਰ ਰਹੀ ਆ ਪਰਮਾਨੈਂਟ ਇਹਨਾਂ ਦੀ ਜੋਬ ਹੈ ਟੀਚਿੰਗ ਲਾਈਨ ਦੇ ਵਿੱਚ ਔਰ ਇਹ ਰੋਪੜ ਏਰੀਆ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਗਵਰਨਮੈਂਟ ਜੋਬ ਕਰਦਾ ਲੜਕਾ ਆਪਣੀ ਸੇਮ ਕਾਸਟ ਦੇ ਵਿੱਚ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 129 ਰਵੀਦਾਸੀਆ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 25 5 1994 ਜੀ ਹਾਂ 25th ਮਈ 1994 ਇਹਨਾਂ ਦੀ ਜਿਹੜੀ ਹਾਈਟ ਹੈ ਉਹ ਹੈ ਕਿ 5 ਫੁੱਟ 4 ਇੰਚ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਐਨ ਐਮ ਐਂਡ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਸੰਗਰੂਰ ਤੋਂ ਔਰ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 130 ਮੱਝਵੀ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ 25 ਜੂਨ 1995 ਜੀ ਹਾਂ 25th ਜੂਨ 1995 ਇਹਨਾਂ ਦੀ ਜਿਹੜੀ ਹਾਈਟ ਉਹ ਹੈਗੀ 5 ਫੁੱਟ 5 ਇੰਚ ਲੜਕੀ ਦੀ ਕੁਆਲੀਫਿਕੇਸ਼ਨ ਹੈਗੀ ਆ ਬੀ ਕਾਮ ਔਰ ਇਹ ਜਿਹੜੇ ਨੇ ਬਿਲੋਂਗ ਕਰਦੇ ਨੇ ਮਲੇਰ ਕੋਟਲਾ ਸ਼ਹਿਰ ਤੋਂ ਔਰ ਇਹਨਾਂ ਨੂੰ ਮਲੇਰ ਕੋਟਲਾ ਜਾਂ ਇਹਨਾਂ ਦੇ ਨੇੜੇ ਤੇੜੇ ਜਿਸ ਤਰ੍ਹਾਂ ਪਟਿਆਲਾ ਇਸ ਤਰ੍ਹਾਂ ਆਪਣੇ ਨੇੜੇ ਤੇੜੇ ਜਿਹੜਾ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਲੜਕਾ ਜਾਂ ਕਾਮਰਸ ਜੌਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 131 ਆਰੀਆ ਕਾਸਤ ਦੀ ਲੜਕੀ ਹੈ 22 12 1996 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀਟੈਕ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਸੰਗਰੂਰ ਏਰੀਆ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 132 ਸ਼ਰਮਾ ਕਾਸਤ ਦੀ ਲੜਕੀ ਹੈ ਜਿਹੜੇ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਸਰਦਾਰ ਸਾਰੀ ਇਹਨਾਂ ਦੀ ਫੈਮਿਲੀ ਆ ਲੜਕੀ ਦੀ ਜਿਹੜੀ ਹੈਗੀ ਆ ਡੇਟ ਆਫ ਬਰਥ ਹੈ 21 7 1996 ਜੀ ਹਾਂ 21 ਜੁਲਾਈ 1996 ਲੜਕੀ ਦੀ ਜਿਹੜੀ ਹਾਈਟ ਹੈਗੀ 5 ਫੁੱਟ 5 ਇੰਚ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਔਰ ਲੜਕੀ ਜਿਹੜੀ ਹੈ ਇਹ ਮਲੇਰ ਕੋਟਲਾ ਸਿਟੀ ਨੂੰ ਬਿਲੋਂਗ ਕਰਦੀ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 133 ਸ਼ਰਮਾ ਕਾਸਟ ਦੀ ਲੜਕੀ ਹੈ ਜਿਸ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 21 7 1996 ਐਂਡ ਲੜਕੀ ਜਿਹੜੀ ਹੈ ਉਸਦੀ ਹਾਈਟ ਹੈ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀ ਟੈਕ ਐਂਡ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਔਰ ਇਹਨਾਂ ਨੂੰ ਗਵਰਨਮੈਂਟ ਏਮਪਲੋਈ ਜਿਹੜਾ ਹੈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 134 ਕੰਪੂਰ ਸਿੱਖ ਕਾਸਟ ਦੀ ਲੜਕੀ ਹੈ 22 12 1996 ਜਿਹੜੀ ਇਹਨਾਂ ਦੀ ਡੇਟ ਆ ਵਰਤ ਹੈ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੈ ਔਰ ਇਹ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਇਹਨਾਂ ਨੂੰ ਹੁਸ਼ਿਆਰਪੁਰ ਜਾਂ ਇਸ ਦੇ ਨੇੜੇ ਤੇੜੇ ਇਲਾਕੇ ਤੋਂ ਜਿਹੜਾ ਹੈ ਪ੍ਰੋਫਾਈਲ ਚਾਹੀਦਾ ਹੈ ਲੜਕਾ ਐਨ ਆਰ ਆਈ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 135 ਰਾਮਗੜੀ ਆਕਾਸਤ ਦੀ ਲੜਕੀ ਹੈ 21 6 1998 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 3 ਇੰਚ ਜਿਹੜੀ ਨੇ ਦੀ ਹਾਈਟ ਆ ਔਰ ਇਸ ਨੇ ਇਹਨਾਂ ਦੀ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਉਹ ਹੈ ਬੀਏ ਜੀਹਾਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਔਰ ਇਹ ਬਿਲੋਂਗ ਕਰਦੇ ਨੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਸਿਟੀ ਤੋਂ ਹੁਸ਼ਿਆਰਪੁਰ ਏਰੀਆ ਹੈ ਇਹਨਾਂ ਦਾ ਔਰ ਇਹਨਾਂ ਨੂੰ ਆਪਣੇ ਨੇੜੇ ਤੇਰੇ ਤੋਂ ਸਰਕਾਰੀ ਜੋਬ ਜਾਂ ਫੋਰਨ ਵਾਲਾ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 136 ਸਾਂਸੀ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਗੋਦ ਹੈ ਵਿਡੋ ਔਰ ਇਹਨਾਂ ਦੀ ਡੇਟ ਆਫ ਬਰਥ ਹੈ 5 4 1997 ਜੀ ਹਾਂ 5 April 1997 ਲੜਕੀ ਦੀ ਕੁਆਲਿਫਿਕੇਸ਼ਨ ਹੈ ਬੀਟੈਕ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਅਜਨਾਲਾ ਸਿਟੀ ਤੋਂ ਔਰ ਇਹਨਾਂ ਨੂੰ ਗਵਰਨਟ ਜੋਬ ਵਾਲਾ ਪ੍ਰੋਫਾਈਲ ਹੀ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 137 ਨਾਈ ਸਿੱਖ ਕਾਸਟ ਦੀ ਲੜਕੀ ਜਿਨ੍ਹਾਂ ਦੀ ਡੇਟ ਆਫ ਬਰਥ ਹੈ 15/7/1996 ਲੜਕੀ ਦੀ ਹਾਈਟ 5 ਫੁੱਟ 5 ਇੰਚ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ BDS ਬੈਚਲਰ ਆਫ ਡੈਂਟਲ ਸਰਜਨ ਇਹ ਡਾਕਟਰ ਨੇ ਐਜ਼ ਅ ਪ੍ਰਾਈਵੇਟ ਜੋਬ ਕਰ ਰਹੇ ਨੇ ਔਰ ਇਸ ਟਾਈਮ ਜਿਹੜਾ ਹੈ ਨਿਊਜ਼ੀਲੈਂਡ ਦੇ ਵਿੱਚ ਪੀਆਰ ਨੇ ਪਰ ਜੋਬ ਅਜੇ ਪ੍ਰਾਈਵੇਟ ਕਰ ਰਹੇ ਆ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਕਪੂਰਥਲਾ ਸਿਟੀ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 138 ਰਵਿਦਾਸੀਆ ਸਿੱਖ ਕਾਸ਼ ਦੀ ਲੜਕੀ ਹੈ 16997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਬੀ ਅਸੀਂ ਨਰਸਿੰਗ ਇਹਨਾਂ ਨੇ ਕੀਤੀ ਹੋਈ ਆ 5 ਫੁੱਟ 3 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਬ੍ਰਦਰ ਜਿਹੜੇ ਇਹਨਾਂ ਦੇ ਉਹ ਯੂਐਸਏ ਦੇ ਵਿੱਚ ਪੀਆਰ ਨੇ ਔਰ ਬਰਨਾਲਾ ਸਿਟੀ ਤੋਂ ਇਹ ਬਿਲੋਂਗ ਕਰਦੇ ਆ ਇਹਨਾਂ ਨੂੰ ਯੂਐਸਏ ਦਾ ਪ੍ਰੋਫਾਈਲ ਹੀ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 139 ਚਮਿਆਰ ਕਾਸਟ ਦੀ ਲੜਕੀ ਹੈ 21/7/1997 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਔਰ ਏ ਮਲੇਰ ਕੋਟਲਾ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਕੋਈ ਬਾਹਰਲਾ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 140 ਬ੍ਰਾਹਮਣ ਕਾਸਟ ਦੀ ਲੜਕੀ ਹੈ 25/3/1998 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਐਜੂਕੇਸ਼ਨਲ ਕੁਆਲਿਫਿਕੇਸ਼ਨ ਦੀ ਜੇ ਗੱਲ ਕਰੀਏ ਤੇ ਉਹ ਹੈ ਬੀਐਸਸੀ ਐਗਰੀਕਲਚਰ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਨਕੋਦਰ ਸਿਟੀ ਤੋਂ ਔਰ ਇਹਨਾਂ ਨੂੰ ਯੂਐਸਏ ਜਾਂ ਆਸਟ੍ਰੇਲੀਆ ਦਾ ਪ੍ਰੋਫਾਈਲ ਚਾਹੀਦਾ ਹੈ ਲੜਕਾ ਪੀਆਰ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 141 41 ਖੱਤਰੀ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਹੈ ਐਮਐਸਸੀ ਆਈਟੀ ਡੇਟ ਆਫ ਬਰਥ ਹੈ 21 7 1993 ਹਾਈਟ ਇਹਨਾਂ ਦੀ 5 ਫੁੱਟ 5 ਇੰਚ ਹੈ ਔਰ ਇਹ ਲੜਕੀ ਜਿਹੜੀ ਪ੍ਰਾਈਵੇਟ ਜੌਬ ਕਰ ਰਹੀ ਆ ਇਹਨਾਂ ਨੂੰ ਗਵਰਨਮੈਂਟ ਜੌਬ ਵਾਲਾ ਜਾਂ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 142 ਮਹਾਜਨਕਾਸਤੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 27 6 1995 27th ਜੂਨ 1995 5 ਫੁੱਟ 3 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਇਹਨਾਂ ਨੇ ਬੀਐਸਸੀ ਆਈਟੀ ਕੀਤੀ ਹੋਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਔਰ ਪ੍ਰਾਈਵੇਟ ਜੌਬ ਕਰ ਰਹੇ ਨੇ ਇਹ ਬਿਲੋਂਗ ਕਰਦੇ ਨੇ ਫਗਵਾੜਾ ਏਰੀਆ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 143 바ਵਾ ਕਾਸਟ ਦੀ ਲੜਕੀ ਹੈ 26/5/1994 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਬੀਟੈਕ ਔਰ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਤੋਂ ਬਟ ਜਿਹੜੀ ਲੜਕੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਔਰ ਇਹਨਾਂ ਨੂੰ ਆਪਣੀ ਸੇਮ ਕਾਸਟ ਦਾ ਜਿਹੜਾ ਸਿਟੀਜ਼ਨ ਲੜਕਾ ਹੋਵੇ ਉਹ ਪ੍ਰੋਫਾਈਲ ਚਾਹੀਦਾ ਹੈ। ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 144 144 ਸੁਨਿਆਰਾ ਕਾਸਟ ਦੀ ਲੜਕੀ ਹੈ। 27 6 1995 5 ਫੁੱਟ 3 ਇੰਚ ਜਿਹੜੀ ਇਹਨਾਂ ਦੀ ਹਾਈਟ ਆ। ਬੀ ਕਮ ਇਹਨਾਂ ਨੇ ਕੀਤਾ ਹੋਇਆ ਵਾ ਔਰ ਪ੍ਰਾਈਵੇਟ ਜੌਬੇ ਕਰ ਰਹੇ ਨੇ ਲੁਧਿਆਣਾ ਸਿਟੀ ਦੇ ਵਿੱਚ ਔਰ ਇਹ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ। ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 145 ਲੁਬਾਣਾ ਕਾਸਤੀ ਲੜਕੀ ਹੈ 25 4 1996 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਬੀਐਸਸੀ ਨਰਸਿੰਗ ਐਂਡ ਇਹਨਾਂ ਨੇ ਫੋਰਨ ਜਾਣਾ ਹੈ ਜਾਂ ਆਸਟ੍ਰੇਲੀਆ ਤੇ ਜਾਂ ਯੂਐਸਏ ਐਂਡ ਇਹ ਪ੍ਰੋਫਾਈਲ ਵੀ ਜਿਹੜਾ ਹੈ ਆਪਣੇ ਨੇੜੇ ਠੜੇ ਦੇ ਏਰੀਏ ਤੋਂ ਲੱਭ ਰੇ ਆ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਜਗਰਾਉਂ ਤੋਂ ਤੇ ਜਗਰਾਉਂ ਦੇ ਨੇੜੇ ਠੜੇ ਏਰੀਏ ਤੋਂ ਲਾਗੇ ਚਾਗੇ ਏਰੀਏ ਤੋਂ ਇਹ ਆਪਣਾ ਪ੍ਰੋਫਾਈਲ ਜਿਹੜਾ ਉਹ ਲੱਭ ਰੇ ਆ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 145 ਸੌਰੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 146 ਜੱਟ ਸਿੱਖ ਕਾਸ ਦੀ ਲੜਕੀ ਹੈ ਐਂਡ ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈਗੀ ਹੈ 27 5 1997 ਜਿਹੜੀ ਇਹਨਾਂ ਦੀ ਕੁਆਲਿਫਿਕੇਸ਼ਨ ਉਹ ਹੈਗੀ 5 ਫੁੱਟ 5 ਇੰਚ ਬੀਸੀਏ ਨਾਨ ਕੀਤਾ ਹੋਇਆ ਹੈ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਡਿਗਰੀ ਕੀਤੀ ਹੋਈ ਪਲੱਸ 2 ਤੋਂ ਬਾਅਦ ਐਂਡ ਲੜਕੀ ਜਿਹੜੀ ਹੈ ਪ੍ਰਾਈਵੇਟ ਜੌਬ ਇੰਸਟੀਚਿਊਟ ਦੇ ਵਿੱਚ ਕਰਦੀ ਹੈ ਆਪਣੇ ਨਕੋਦਰ ਸ਼ਹਿਰ ਦੇ ਵਿੱਚ ਔਰ ਨਕੋਦਰ ਸ਼ਹਿਰ ਤੋਂ ਹੀ ਜਾਂ ਜਲੰਧਰ ਸ਼ਹਿਰ ਤੋਂ ਹੀ ਇਹਨਾਂ ਨੂੰ ਪ੍ਰੋਫਾਈਲ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 147 ਰਵਿਦਾਸੀ ਆਕਾਸ਼ ਦੀ ਲੜਕੀ ਹੈ 21/5/1998 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀਏ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਹੈ ਔਰ ਇਹ ਬਿਲੋਂਗ ਕਰਦੇ ਨੇ ਫਰੀਦਕੋਟ ਸਿਟੀ ਤੋਂ ਇਹਨਾਂ ਨੂੰ ਰਵੀਦਾਸੀ ਕਾਸਟ ਦੇ ਵਿੱਚ ਹੀ ਸੇਮ ਕਾਸਟ ਦੇ ਵਿੱਚ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਐਨ ਆਰ ਆਈ ਹੋਵੇ ਨੈਕਸਟ ਆ ਜੀ ਪ੍ਰੋਫਾਈਲ ਨੰਬਰ 148 148 ਆਰਾਮਗੜੀਆ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 22 6 1997 ਜੀ ਹਾਂ 22 ਜੂਨ 1997 ਲੜਕੀ ਦੀ ਜਿਹੜੀ ਹਾਈਟ ਹੈਗੀ 5 ਫੁੱਟ 4 ਇੰਚ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਐਸ ਸੀ ਨਰਸਿੰਗ ਔਰ ਇਹ ਪੰਜਾਬ ਚ ਬਿਲੋਂਗ ਕਰਦੇ ਨੇ ਫਿਰੋਜ਼ਪੁਰ ਸਿਟੀ ਤੋਂ ਇਹਨਾਂ ਨੂੰ ਫਿਰੋਜ਼ਪੁਰ ਜਾਂ ਫਰੀਦਕੋਟੇਰੀਏ ਤੋਂ ਰਾਮ ਗੜੀ ਆਕਾਸਟ ਦੇ ਵਿੱਚ ਇਹੀ ਜਿਹੜਾ ਪ੍ਰੋਫਾਈਲ ਚਾਹੀਦਾ ਹੈ ਲੜਕਾ ਜਿਹੜਾ ਉਹ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 149 ਕੁਮੇਾਰ ਕਾਸਟ ਦੀ ਲੜਕੀ ਹੈ 21/7/1998 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਨੇ ਦੀ ਹਾਈਟ ਆ ਲੜਕੀ ਦੀ ਕੁਆਲਿਫਿਕੇਸ਼ਨ ਹੈ ਬੀਕਮ ਲੜਕੀ ਜਿਹੜੀ ਐਚਡੀਐਫਸੀ ਬੈਂਕ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਆ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਬਠਿੰਡਾ ਸਿਟੀ ਤੋਂ ਔਰ ਇਹ ਵੀ ਜਿਹੜਾ ਐਨ ਆਰ ਆਈ ਪ੍ਰੋਫਾਈਲ ਹੀ ਲੱਭ ਰਹੇ ਨੇ ਪ੍ਰੋਫਾਈਲ ਨੰਬਰ 150 ਨਾਈ ਸਿੱਖ ਕਾਸਟ ਦੀ ਲੜਕੀ ਹੈ 28/1998 ਜਿਹੜੀ ਨੇ ਦੀ ਡੇਟ ਆਫ ਬਰਥ ਹੈ ਲੜਕੀ ਦੀ ਹਾਈਟ ਜਿਹੜੀ ਹੈਗੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀ ਐਸ ਸੀ ਨਰਸਿੰਗ ਔਰ ਇਹ ਜਿਹੜੇ ਨੇ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਸੰਗਰੂਰ ਸਿਟੀ ਤੋਂ ਇਹਨਾਂ ਨੂੰ ਪੰਜਾਬ ਦੇ ਵਿੱਚ ਸੰਗਰੂਰ ਜਾਂ ਪਟਿਆਲਾ ਜਾਂ ਲੁਧਿਆਣਾ ਇਸ ਸ਼ਹਿਰ ਤੋਂ ਜਿਹੜਾ ਪ੍ਰੋਫਾਈਲ ਚਾਹੀਦਾ ਹੈ ਔਰ ਲੜਕਾ ਜਿਹੜਾ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਨੈਕਸਟ ਆ ਜੀ ਪ੍ਰੋਫਾਈਲ ਨੰਬਰ 155 ਰਵਿਦਾਸੀਆ ਸਿੱਖ ਕਾਸਟ ਦੀ ਲੜਕੀ ਆ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੋ ਹੈਗੀ ਆ 22 4 1997 5 ਫੁੱਟ 4 ਇੰਚ ਇਹਨਾਂ ਦੀ ਜਿਹੜੀ ਹਾਈਟ ਆ ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਹੈਗੀ ਆ ਬੀ ਕਾਮ ਲੜਕੀ ਜਿਹੜੀ ਐਟ ਪ੍ਰੈਜ਼ੈਂਟ ਸਾਈਪ੍ਰਸ ਦੇ ਵਿੱਚ ਰਹਿ ਰਹੀ ਹੈ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੀ ਹੈ ਜਲੰਧਰ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਆਪਣੇ ਆਸ-ਪਾਸ ਦੇ ਏਰੀਆ ਤੋਂ ਪ੍ਰੋਫਾਈਲ ਚਾਹੀਦਾ ਹੈ ਬਟ ਲੜਕਾ ਜਿਹੜਾ ਉਹ ਐਨ ਆਰ ਆਈ ਹੋਵੇ ਨੈਕਸਟ ਆ ਜੀ ਪ੍ਰੋਫਾਈਲ ਨੰਬਰ 152 ਜੱਟ ਸਿੱਖ ਕਾਸਟ ਦੀ ਲੜਕੀ ਹੈ 12 5 1996 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਕੈਨੇਡਾ ਦੇ ਵਿੱਚ ਇਹ ਲੜਕੀ ਪੀ ਆਰ ਹੈ ਐਂਡ ਲੜਕੀ ਜਿਹੜੀ ਹੈ ਅਮਰਸਰ ਸਿਟੀ ਨੂੰ ਬਿਲੋਂਗ ਕਰਦੀ ਹੈ ਐਂਡ ਇਹਨਾਂ ਦੀ ਜਿਹੜੀ ਆਪਣੀ ਜ਼ਮੀਨ ਹੈ ਅਮਰਸਰ ਦੇ ਏਰੀਆ ਦੇ ਵਿੱਚ ਉਹ ਹੈਗੀ ਆ 21 ਕਿੱਲੇ 21 ਏਕੜ ਜ਼ਮੀਨ ਹੈ ਔਰ ਇਹਨਾਂ ਨੂੰ ਚੰਗੀ ਜ਼ਮੀਨ ਵਾਲਾ ਲੜਕਾ ਜਾਂ ਅਮਰਸਰ ਜਾਂ ਤਰਨਤਾਰਨ ਇਸ ਏਰੀਆ ਤੋਂ ਜਿਹੜਾ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 153 153 ਮਜਬੀ ਸਿੱਖ ਕਾਸਟ ਦੀ ਲੜਕੀ ਹੈ 21597 ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਐਂਡ ਇਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਆ ਏਰੀਆ ਇਹਨਾਂ ਦਾ ਹੈ ਸੰਗਰੂਰ ਔਰ ਇਹਨਾਂ ਨੂੰ ਐਨਆਰਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 154 ਜੱਟ ਸਿੱਖ ਕਾਸ ਦੀ ਲੜਕੀ ਹੈ ਜਿਨਾਂ ਦੀ ਡੇਟ ਆ ਬਰਤਾ ਹੈ 22/4/1998 ਜੀ ਹਾਂ 22 ਅਪ੍ਰੈਲ 1998 ਔਰ ਇਹਨਾਂ ਦੀ ਜਿਹੜੀ ਹਾਈਟ ਹੈਗੀ 5 ਫੁੱਟ 2 ਇੰਚ ਪਲੱਸ 2 ਪਾਸ ਇਹ ਲੜਕੀ ਹੈ ਔਰ ਇਹ ਬਰਨਾਲਾ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਇੱਕ ਪ੍ਰੋਫਾਈਲ ਨੰਬਰ 155 ਜੱਟ ਸਿੱਖ ਕਾਸ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ 21 5 1991 ਜੀ ਹਾਂ 21st ਜਿਉ ਸੌਰੀ 21st ਮਈ 1991 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਜਿਹੜੀ ਉਹ ਐਮਏ ਬੀਐਡ ਹੈ ਔਰ ਇਹਨਾਂ ਨੂੰ ਗਵਰਨਮੈਂਟ ਜੋਬ ਵਾਲਾ ਲੜਕਾ ਚਾਹੀਦਾ ਹੈ ਪੰਜਾਬ ਦੇ ਵਿੱਚ ਬਠਿੰਡਾ ਸਿਟੀ ਨੂੰ ਬਿਲੋਂਗ ਕਰਦੇ ਆ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 156 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਵ ਬਰਥ ਹੈ ਉਹ ਹੈ 22 6 1993 ਜੀਹਾਂ 22 ਜੂਨ 1993 ਐਂਡ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਆ ਪਲੱਸ 2 ਤੋਂ ਬਾਅਦ 3 ਸਾਲ ਦੀ BCA ਔਰ ਇਸ ਮੁਕਸਰ ਸਿਟੀ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ NRI ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 157 ਖੱਤਰੀ ਕਾਸਟ ਦੀ ਲੜਕੀ ਹੈ 21796 ਜਿਹੜੀ ਨੇ ਦੀ ਡੇਟ ਆਫ ਬਰਥ ਆ 5 ਫੁੱਟ 4 ਇੰਚ ਜਿਹੜੀ ਨੇ ਦੀ ਹਾਈਟ ਆ ਔਰ ਇਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜੇ ਗੱਲ ਕਰੀਏ ਤੇ ਉਹ ਹੈ ਬੀ ਤੱਕ ਇਹ ਲੜਕੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਔਰ ਇਹਨਾਂ ਨੂੰ ਆਸਟ੍ਰੇਲੀਆ ਦਾ ਪ੍ਰੋਫਾਈਲ ਹੀ ਚਾਹੀਦਾ ਹੈ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਰਾਮਪੁਰਾ ਫੂਲ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 158 ਮਹਾਜਨ ਕਾਸਦੀ ਲੜਕੀ ਹੈ 22695 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਐਂਡ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਬੀਸੀ ਇਹ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਆ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਤਲਵੰਡੀ ਤੋਂ ਇਹਨਾਂ ਨੂੰ ਜਿਹੜਾ ਹੈ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਗਵਰਨ ਜੌਬ ਕਰਦਾ ਹੋਵੇ ਜਾਂ ਜਿਹੜਾ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਕਿਉਂਕਿ ਇਹ ਲੜਕੀ ਦੀ ਇੱਕ ਸਿਸਟਰ ਏ ਔਰ ਇੱਕ ਬ੍ਰਦਰ ਹੈ ਜਿਹੜੇ ਦੋਨੋਂ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਨੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 159 ਅਰੋੜਾ ਕਾਸਟ ਦੀ ਲੜਕੀ ਹੈ ਜਿਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 25 1 1997 ਜੀ ਹਾਂ 25 ਜਨਵਰੀ 1997 ਇਹਨਾਂ ਦੀ ਜਿਹੜੀ ਹਾਈਟ ਹੈਗੀ 5 ਫੁੱਟ 3 ਇੰਚ ਕਵਾਲੀਫਿਕੇਸ਼ਨ ਹੈ ਇਹਨਾਂ ਦੀ MBA ਔਰ ਕਵਾਲੀਫਿਕੇਸ਼ਨ ਦੀ ਜੇ ਗੱਲ ਕਰਦੇ ਹਾਂ ਤੇ ਇਹਨਾਂ ਨੇ ਜਿਹੜੀ ਹੈ BTech ਇਹ ਕਰ ਰਹੇ ਨੇ ਲਾਸਟ ਸਮ ਜਿਹੜਾ ਇਹਨਾਂ ਦਾ ਰਹਿੰਦਾ ਹੈ ਔਰ ਇਹ ਬਿਲੋਂਗ ਕਰਦੇ ਨੇ ਪੰਜਾਬ ਦੇ ਵਿੱਚ ਮਾਨਸਾ ਤੋਂ ਇਹਨਾਂ ਨੂੰ ਵੀ ਜਿਹੜਾ NRI ਪ੍ਰੋਫਾਈਲ ਹੀ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 160 ਇਹ ਲੜਕੀ ਜਿਹੜੀ ਹੈ ਖੱਤਰੀ ਕਾਸ ਤੋਂ ਬਿਲੋਂਗ ਕਰਦੀ ਹੈ 26/2/1994 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਦੀ ਹਾਈਟ ਆ ਇਨਾਂ ਦੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਐਂਡ ਇਹ ਪੰਜਾਬ ਦੇ ਵਿੱਚ ਜਗਰਾਉਂ ਤੋਂ ਬਲਾਉਂ ਕਰਦੇ ਨੇ ਔਰ ਇਹਨਾਂ ਨੂੰ ਆਪਣਾ ਖੱਤਰੀ ਕਾਸਟ ਦੇ ਵਿੱਚ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 161 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੋ ਹੈਗੀ ਆ 5 5 1998 ਜੀ ਹਾਂ 5th ਮਈ 1998 ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈਗੀ ਬੀਐਸਸੀ ਨਰਸਿੰਗ ਐਂਡ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਪਲੱਸ ਇਹਨਾਂ ਨੇ ਆਈਲੈਂਡਸ ਕੀਤੀ ਹੈ 7 ਇਹਨਾਂ ਦੇ ਓਵਰਆਲ ਬੈਂਡਸ ਨੇ ਔਰ ਇਹ ਲੜਕੀ ਜਿਹੜੀ ਬਿਲੋਂਗ ਕਰਦੀ ਹੈ ਅਬੋਹਰ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਹਾਂਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 162 ਮਹਾਜਨ ਕਾਸਤ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਆ ਉਹ ਹੈ 21/7/1996 ਜੀ ਹਾਂ 21 ਜੁਲਾਈ 1996 ਇਹਨਾਂ ਦੀ ਜਿਹੜੀ ਹਾਈਟ ਆ ਹੈਗੀ ਆ 5 ਫੁੱਟ 4 ਇੰਚ ਐਂਡ ਲੜਕੀ ਤੀ ਜਿਹੜੀ ਕੁਆਲੀਫਿਕੇਸ਼ਨ ਹੋਇਆ ਹੈ ਬੀਐਸਸੀ ਨਰਸਿੰਗ ਐਂਡ ਇਹ ਜਿਹੜੇ ਇਹ ਇਨਾਂ ਦੇ ਫਾਦਰ ਗਵਰਨਮੈਂਟ এমਪਲਾਈ ਨੇ ਮਦਰ ਜਿਹੜੇ ਨੇ ਉਹ ਵੀ ਗਵਰਨਮੈਂਟ ਜੋਬ ਕਰਦੇ ਨੇ ਇੱਕ ਇਹਨਾਂ ਦਾ ਬੇਟਾ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਔਰ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਪੀਆਰ ਲੜਕਾ ਜਿਹੜਾ ਹੈ ਇਹਨਾਂ ਲੜਕੀ ਵਾਸਤੇ ਚਾਹੀਦਾ ਹੈ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਬਰਨਾਲਾ ਸਿਟੀ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 163 ਹਾਂਜੀ ਜੱਟ ਸਿੱਖ ਕਾਸਟ ਦੀ ਲੜਕੀ ਹੈ 22 2 1997 ਇਹਨਾਂ ਦੀ ਡੇਟ ਆਫ ਬਰਥ ਹੈ ਐਂਡ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਐਂਡ ਬੀਐਸਸੀ ਆਈਟੀ ਇਹਨਾਂ ਨੇ ਕੀਤੀ ਹੋਈ ਆ ਤੇ ਪੰਜਾਬ ਦੇ ਵਿੱਚ ਸੰਗਰੂਰ ਏਰੀਆ ਤੋਂ ਬਿਲੋਂਗ ਕਰਦੇ ਆ ਇਹਨਾਂ ਨੂੰ ਐਨਆਰਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 164 ਅਗਰਵਾਲ ਕਾਸਟ ਦੀ ਲੜਕੀ ਹੈ 26 997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਬੀਐਸਸੀ ਆਈਟੀ ਲੜਕੀ ਨੇ ਕੀਤੀ ਹੋਈ ਆ ਐਂਡ ਏ ਬਿਲੋਂਗ ਕਰਦੇ ਨੇ ਦਿੱਲੀ ਤੋਂ ਇਹਨਾਂ ਨੂੰ ਦਿੱਲੀ ਦਾ ਪ੍ਰੋਫਾਈਲ ਹੀ ਚਾਹੀਦਾ ਹੈ ਜਿਹੜਾ ਲੜਕਾ ਇਟਲੀ ਜਾਂ ਜਰਮਨ ਦੇ ਵਿੱਚ ਪੀਆਰ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 165 ਜੱਟ ਸਿੱਖ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ 22 7 2000 ਜੀ ਹਾਂ 22 ਜੁਲਾਈ 2000 ਔਰ ਇਹ ਵਾਲੀ ਜਿਹੜੀ ਲੜਕੀ ਹੈ ਇਹਨਾਂ ਦੀ ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਪਲੱਸ 2 ਹੈ ਔਰ ਇਹ ਲੜਕੀ ਵੀ ਦਿੱਲੀ ਨੂੰ ਬਿਲੋਂਗ ਕਰਦੀ ਹੈ ਇਹਨਾਂ ਨੂੰ ਦਿੱਲੀ ਜਾ ਪਟਿਆਲਾ ਜਾਂ ਇਸ ਦੇ ਨੇੜੇ ਤੇੜੇ ਇਲਾਕੇ ਤੋਂ ਕੋਈ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਐਨ ਆਰ ਆਈ ਹੋਵੇ ਨੈਕਸਟ ਆ ਜੀ ਪ੍ਰੋਫਾਈਲ ਨੰਬਰ 166 ਜੱਟ ਸਿੱਖ ਕਾਸਤੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ 22 7 2000 5 ਫੁੱਟ 3 ਇੰਚ ਹਾਈਟ ਐਂਡ ਪਲੱਸ 2 ਲੜਕੀ ਨੇ ਕੀਤੀ ਹੋਈ ਆ ਔਰ ਇਹ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਇਹਨਾਂ ਨੂੰ ਵੀ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਹੀ ਜਿਹੜਾ ਇਹਨਾਂ ਨੂੰ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 167 ਜੱਟ ਸਿੱਖ ਕਾਸ ਦੀ ਲੜਕੀ ਹੈ 21 10 98 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਐਂਡ 5 ਫੁੱਟ ਤੇ 4 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਲੜਕੀ ਜਿਹੜੀ ਉਹ BDS ਕਰ ਰਹੀ ਹੈ ਜੇ ਕੰਪਲੀਟ ਨਹੀਂ ਹੋਇਆ ਇਹਨਾਂ ਦਾ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਔਰ ਇਹ ਵਾਲੀ ਜਿਹੜੀ ਲੜਕੀ ਬਿਲੋਂਗ ਕਰਦੀ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਮੈਡੀਕਲ ਲਾਈਨ ਦੇ ਵਿੱਚ ਜਿਸ ਤਰ੍ਹਾਂ BDS MBBS ਡਾਕਟਰ ਲड़का ਜਿਹੜਾ ਉਹ ਚਾਹੀਦਾ ਹੈ ਜਾਂ ਲੜਕਾ ਹੈ ਨਰਾਈ ਹੋਵੇ ਜਾਂ ਕਾਮਨ ਜੌਬ ਕਰਦਾ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 168 ਲੁਬਾਣਾ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 22/1997 ਜਿਗਾ 22 ਜਨਵਰੀ 1997 5 ਫੁੱਟ 6 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਜਿਹੜੀ ਉਹ ਐਮਬੀਬੀਐਸ ਕਰ ਰਹੀ ਹੈ ਔਰ ਇਹਨਾਂ ਨੂੰ ਜਲੰਧਰ ਏਰੀਆ ਤੋਂ ਹੀ ਜਿਹੜਾ ਹੈ ਪ੍ਰੋਫਾਈਲ ਚਾਹੀਦਾ ਹੈ ਲੜਕਾ ਐਨਆਰਆਈ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 169 169 ਮਝਵੀ ਕਾਸਤੀ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 25 7 1998 ਐਂਡ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਆ ਐਂਡ ਲੜਕੀ ਜਿਹੜੀ ਬੀਐਸਸੀ ਨਰਸਿੰਗ ਹੈ ਅੰਬਾਲਾ ਸਿਟੀ ਤੋਂ ਇਹ ਬਿਲੋਂਗ ਕਰਦੀ ਆ ਔਰ ਇਹਨਾਂ ਨੂੰ ਜਿਹੜਾ ਹੈ ਐਨਆਰਆਈ ਲੜਕਾ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 170 170 ਪ੍ਰੋਫਾਈਲ ਨੰਬਰ ਹੈ ਜੱਟ ਸਿੱਖ ਕਾਸਤੀ ਲੜਕੀ ਹੈ 24697 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਐਂਡ ਇਹ ਲੜਕੀ ਜਿਹੜੀ ਆ ਗਵਰਨਮੈਂਟ ਜੋਬ ਕਰਦੀ ਹੈ ਐਜ਼ ਅ ਪਟਵਾਰੀ ਐਂਡ ਲੜਕੀ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਬਿਜ਼ਨਸਮੈਨ ਨੇ ਔਰ ਇਹਨਾਂ ਦੀ ਆਪਣੀ ਪ੍ਰਾਪਰਟੀ ਹੈ 45 ਕਿੱਲੇ ਪੰਜਾਬ ਦੇ ਵਿੱਚ ਪਟਿਆਲਾ ਏਰੀਆ ਨੂੰ ਬਿਲੋਂਗ ਕਰਦੇ ਆ ਔਰ ਇਹਨਾਂ ਨੂੰ ਪਟਿਆਲਾ ਏਰੀਆ ਤੋਂ ਗਵਰਨਮੈਂਟ ਜੋਬ ਕਰਦਾ ਲੜਕਾ ਹੀ ਜਿਹੜਾ ਚਾਹੀਦਾ ਹੈ ਸੇਮ ਕਾਸਟ ਦੇ ਵਿੱਚ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 171 171 ਜੱਟ ਸਿੱਖ ਕਾਸਟ ਦੀ ਲੜਕੀ ਹੈ 19 5 1998 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਹਾਈਟ ਹੈ ਬੀਐਸੀ ਨਰਸਿੰਗ ਇਸ ਲੜਕੀ ਨੇ ਕੀਤੀ ਹੋਈ ਆ ਔਰ ਇਹ ਬਿਲੋਂਗ ਕਰਦੀ ਨੇ ਨਕੋਦਰ ਸ਼ਹਿਰ ਤੋਂ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 172 ਜਰਮਾ ਕਾਸਟ ਦੀ ਲੜਕੀ ਹੈ 27 197 ਇਹਨਾਂ ਦੀ ਡੇਟ ਆਫ ਬਰਥ ਆ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਆ ਔਰ ਲੜਕੀ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਹੈ ਬੀ ਐਮ ਐਸ ਮੈਡੀਕਲ ਡਾਕਟਰ ਹੈ ਇੱਕ ਬੀ ਐਮ ਐਸ ਤੇ ਉਹ ਇਹ ਬਿਲੋਂਗ ਕਰਦੀ ਨੇ ਰਾਏਕੋਟ ਤੋਂ ਪੰਜਾਬ ਤੋਂ ਇਹਨਾਂ ਨੂੰ ਜਿਹੜਾ ਹੈ ਮੈਡੀਕਲ ਆਈਨ ਦੇ ਵਿੱਚ ਹੀ ਲੜਕਾ ਚਾਹੀਦਾ ਹੈ ਜਾਂ ਐਨ ਆਰ ਆਈ ਹੋਵੇ ਜਾਂ ਗਵਰਨਮੈਂਟ ਜੌਬ ਕਰਨ ਵਾਲਾ ਨੈਕਸਟ ਆ ਜੀ ਪ੍ਰੋਫਾਈਲ ਨੰਬਰ 173 ਮਜਬੀ ਸਿੱਖ ਕਾਸਟ ਦੀ ਲੜਕੀ ਹੈ 22 4 1998 ਜਿਹੜੀ ਹੈ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਤੇ ਲੜਕੀ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰ ਰਹੀ ਹੈ ਇਹ ਬਿਲੋਂਗ ਕਰਦੀ ਹੈ ਬਰਨਾਲਾ ਏਰੀਆ ਤੋਂ ਔਰ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 174 ਸੁਨਿਆਰਾ ਕਾਸਤ ਦੀ ਲੜਕੀ ਹੈ 22/8/1997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਹਾਈਟ ਬੀ ਕਾਮ ਲੜਕੀ ਨੇ ਕੀਤਾ ਹੋਇਆ ਲੜਕੀ ਜਿਹੜੀ ਬੈਂਕ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ ਔਰ ਇਹ ਬਿਲੋਂਗ ਕਰਦੀ ਨੇ ਫਾਜ਼ਿਲਗਾ ਏਰੀਆ ਤੋਂ ਇਹਨਾਂ ਨੂੰ ਜਾਂ ਗਵਰਨਮੈਂਟ ਜੌਬ ਵਾਲਾ ਤੇ ਜਾਂ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 176 ਲੁਬਾਣਾ ਕਾਸਟ ਦੀ ਲੜਕੀ ਹੈ ਐਂਡ 26/8/1997 ਜਿਹੜੀ ਇਹਨਾਂ ਦੀ ਡੇਟ ਆ ਆਪਾਂ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ BCA ਔਰ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਇਹਨਾਂ ਨੂੰ ਇਹ ਫਿਰੋਜ਼ਪੁਰ ਏਰੀਆ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਫਰੀਦਕੋਟ ਜਾਂ ਫਿਰੋਜ਼ਪੁਰ ਏਰੀਆ ਤੋਂ ਲੜਕਾ ਚਾਹੀਦਾ ਪਰ ਲੜਕਾ ਜਿਹੜਾ ਹੈ ਉਹ ਐਨਆਰਆਈ ਹੋਵੇ ਨੈਕਸਟ ਆ ਜੀ ਪ੍ਰੋਫਾਈਲ ਨੰਬਰ 177 ਜੱਟ ਸਿੱਖ ਕਾਸਟ ਦੀ ਲੜਕੀ ਹੈ 27997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਆ 5 ਫੁੱਟ 6 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਐਮ ਐਸ ਪ੍ਰਾਈਵੇਟੇ ਜੋਬ ਕਰ ਰਹੇ ਨੇ ਏਰੀਆ ਇਹਨਾਂ ਦਾ ਹੈ ਮੁਕਸਰ ਸਾਹਿਬ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 178 ਰਵੀ ਦਾਸੀਆ ਕਾਸਦੀ ਲੜਕੀ ਹੈ 25598 ਇਹਨਾਂ ਦੀ ਡੇਟ ਆਫ ਬਰਥ ਆ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਨੇ ਕੀਤਾ ਹੈ ਬੀ ਐਸ ਸੀ ਨਰਸਿੰਗ ਔਰ ਇਹ ਬਿਲੋਂਗ ਕਰਦੀ ਹੈ ਹੰਪੇਠੰਡਾ ਏਰੀਆ ਤੋਂ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 179 179 ਕੰਬੋਜ ਕਾਸਟ ਦੀ ਲੜਕੀ ਹੈ 25 8 97 ਨਾ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਹਾਈਟ ਹੈ ਬੀ ਕਮ ਇਹਨਾਂ ਨੇ ਕੀਤਾ ਹੋਇਆ ਔਰ ਪੰਜਾਬ ਦੇ ਵਿੱਚ ਫਰੀਦਕੋਟ ਏਰੀਆ ਨੂੰ ਬਿਲੋਂਗ ਕਰਦੇ ਆ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 180 ਮਜਬੀ ਸਿੱਖ ਕਾਸਟ ਦੀ ਲੜਕੀ ਹੈ 24 7 91 ਜਿਹੜਾ ਹੈ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 6 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਟੈਕ ਔਰ ਇੱਕ ਲੜਕੀ ਜਿਹੜੀ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਹੋਵੇ ਲੜਕਾ ਐਸਾ ਪ੍ਰੋਫਾਈਲ ਚਾਹੀਦਾ ਹੈ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਰੋਪੜ ਏਰੀਆ ਤੋਂ ਨੈਕਸਟ ਆ ਜੀ ਪ੍ਰੋਫਾਈਲ ਨੰਬਰ 181 ਰਵੀਦਾਸੀ ਆਕਾਸ਼ ਦੀ ਲੜਕੀ ਹੈ 26 6 95 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਆ ਐਂਡ ਇਹ ਜਿਹੜੀ ਲੜਕੀ ਹੈ ਇਹ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਮਾਨਸਾ ਤੋਂ ਔਰ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਪੀਆਰ ਹੀ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 182 কুমਿਹਰ ਕਾਸਟ ਦੀ ਲੜਕੀ ਪ੍ਰਜਾਪਤ ਕਾਸਟ ਦੀ ਲੜਕੀ ਹੈ 17 7 97 ਇਹਨਾਂ ਦੀ ਡੇਟ ਆਫ ਬਰਥ ਆ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਜਿਹੜੀ ਆ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਦਾ ਇੱਕ ਬ੍ਰਦਰ ਆ ਜਿਹੜਾ ਯੂਐਸਏ ਦੇ ਵਿੱਚ ਸਿਟੀਜ਼ਨ ਹੈ ਔਰ ਇਹ ਲੜਕੀ ਜਿਹੜੀ ਖੰਨਾ ਏਰੀਆ ਨੂੰ ਬਿਲੋਂਗ ਕਰਦੀ ਆ ਔਰ ਇਹਨਾਂ ਨੂੰ ਜਿਹੜਾ ਹੈ ਜਾਂ ਯੂਐਸਏ ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਲੜਕਾ ਜਿਹੜਾ ਉਹ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 183 ਚਮਿਆਰ ਕਾਸਟ ਦੀ ਲੜਕੀ ਹੈ 18 696 ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਲੜਕੀ ਜਿਹੜੀ ਹੈ ਬੀ ਡੀ ਐਸ ਡਾਕਟਰ ਹੈ ਪ੍ਰਾਈਵੇਟ জব ਕਰ ਰਹੀ ਨੇ ਐਂਡ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਪਠਾਨਕੋਟ ਸਿਟੀ ਤੋਂ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ हां जी नेक्स्ट ਹੈ ਜੀ ਪ੍ਰੋਫਾਈਲ ਨੰਬਰ 184 크੍ਰਿਸਚਨ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ 17 5 1997 5 ਫੁੱਟ 4 ਇੰਚ ਜਿਹੜੀ ਨੇ ਆਂਦੀ ਹਾਈਟ ਆ ਲੜਕੀ ਦੀ ਕੁਆਲਿਫਿਕੇਸ਼ਨ ਹੈ ਜੀ ਬੀਐਸਸੀ ਨਰਸਿੰਗ ਐਂਡ ਨਾਲ ਇਹਨਾਂ ਨੇ ਆਈਲੈਟਸ ਕੀਤੀ ਹੋਈ ਆ 6.5 ਓਵਰਆਲ ਜਿਹੜੇ ਇਹਨਾਂ ਦੇ ਬੈਂਡਸ ਨੇ ਜਿਹੜੇ ਨੇ ਐਂਡ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਐਂਡ ਇਹਨਾਂ ਨੂੰ ਜਿਹੜਾ ਹੈ ਆਪਣੇ ਆਸ-ਪਾਸ ਦੇ ਏਰੀਏ ਤੋਂ ਲੜਕਾ ਚਾਹੀਦਾ ਜਿਹੜਾ ਲੜਕਾ ਐਨ ਆਰ ਆਈ ਹੋਵੇ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 185 ਬਾਵਾਕਾਸਤੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਹੈਗੀ ਆ 18 6 1998 ਜੀ ਹਾਂ 18th ਜੂਨ 1998 ਲੜਕੀ ਦੀ ਜਿਹੜੀ ਹਾਈਟ ਹੈਗੀ 5 ਫੁੱਟ 5 ਇੰਚ ਲੜਕੀ ਦੀ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਔਰ ਲੜਕੀ ਜਿਹੜੀ ਹੈ ਉਹ ਬਰਨਾਲਾ ਸਿਟੀ ਨੂੰ ਬਲੋਂਗ ਕਰਦੀ ਹੈ ਇਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਯੂ ਐਸ اے ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ ਹੈ 186 ਕੰਬੂਜ ਕਾਸਤ ਦੀ ਲੜਕੀ ਹੈ 17 5 1997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਫਾਰਮੇਸੀ ਔਰ ਲੜਕੀ ਜਿਹੜੀ ਹੈ ਪੰਜਾਬ ਦੇ ਵਿੱਚ ਬਿਲੋਂਗ ਕਰਦੀ ਸੰਗਰੂਰ ਏਰੀਆ ਤੋਂ ਔਰ ਇਹਨਾਂ ਨੂੰ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 187 ਮਹਿਰਾ ਕਾਸਟ ਦੀ ਲੜਕੀ ਹੈ 18 6 1996 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਆ ਬੀਐਸਸੀ ਨਰਸਿੰਗ ਲੜਕੀ ਨੇ ਕੀਤੀ ਹੋਈ ਆ ਉਸ ਤੋਂ ਬਾਅਦ ਲੜਕੀ ਜਿਹੜੀ ਕੈਨੇਡਾ ਮੂਵ ਹੋ ਗਈ ਹੁਣ ਇਹ ਕੈਨੇਡਾ ਦੇ ਵਿੱਚ ਜਿਹੜੀ ਹੈ ਵਰਕ ਪਰਮਿਟ ਤੇ ਹੈ ਪੰਜਾਬ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਨਕੁੱਧਰ ਏਰੀਆ ਤੋਂ ਔਰ ਇਹਨਾਂ ਨੂੰ ਐਨਆਰਆਈ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਕੈਨੇਡਾ ਦੇ ਵਿੱਚ ਸਿਟੀਜ਼ਨ ਜਾਂ ਜਿਹੜਾ ਪੀਆਰ ਹੋ ਗਿਆ ਨੈਕਸਟ ਆ ਜੀ ਪ੍ਰੋਫਾਈਲ ਨੰਬਰ 188 ਬ੍ਰਾਹਮਣ ਕਾਸਟ ਦੀ ਲੜਕੀ ਹੈ 75 1997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 4 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਬੀਏ ਬੀਐਡ ਤੇ ਐਮਏ ਇੰਗਲਿਸ਼ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਇਹ ਲੜਕੀ ਜਿਹੜੀ ਪਟਿਆਲਾ ਏਰੀਆ ਤੋਂ ਬਿਲੋਂਗ ਕਰਦੀ ਹੈ ਔਰ ਇਹਨਾਂ ਨੂੰ ਗਵਰਨਮੈਂਟ ਆਫ ਜੌਬ ਕਰਨ ਵਾਲਾ ਜਿਹੜਾ ਲੜਕਾ ਉਹ ਚਾਹੀਦਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 189 189 ਰਾਜਪੂਤ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈਗੀ ਆ 6 8 1996 ਜੀ ਹਾਂ 6th ਅਗਸਟ 1996 ਲੜਕੀ ਦੀ ਜਿਹੜੀ ਹਾਈਟ 5 ਫੁੱਟ 5 ਇੰਚ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਕਾਮ ਐਂਡ ਲੜਕੀ ਜਿਹੜੀ ਹੈ ਬੈਂਕ ਦੇ ਵਿੱਚ ਜੌਬ ਕਰ ਰਹੀ ਆ ਪ੍ਰਾਈਵੇਟ ਲੁਧਿਆਣਾ ਸਿਟੀ ਦੇ ਵਿੱਚ ਕਿਉਂਕਿ ਲੜਕੀ ਜਿਹੜੀ ਉਹ ਵੀ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੀ ਆ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 190 ਬਾਜੀਗਰ ਕਾਸ ਦੀ ਲੜਕੀ ਹੈ 7 7 1997 ਇਹਨਾਂ ਦੀ ਡੇਟ ਆਫ ਬਰਥ ਹੈ 7 ਜੁਲਾਈ 1997 ਐਂਡ ਲੜਕੀ ਦੀ ਜਿਹੜੀ ਹਾਈਟ 5 ਫੁੱਟ 4 ਇੰਚ ਹੈ ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਲੜਕੀ ਜਿਹੜੀ ਜਲੰਧਰ ਏਰੀਏ ਤੋਂ ਬਿਲੋਂਗ ਕਰਦੀ ਹੈ ਔਰ ਇਹਨਾਂ ਨੂੰ ਵੀ ਜਿਹੜਾ ਐਨਆਰਆਈ ਪ੍ਰੋਫਾਈਲ ਚਾਹੀਦਾ ਹੈ ਹਾਂ ਜੀ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 191 ਖਤਰੀ ਕਾਸਟ ਦੀ ਲੜਕੀ ਹੈ 6798 ਇਹਨਾਂ ਦੀ ਡੇਟ ਆਫ ਬਰਥ ਹੈ ਲੜਕੀ ਦੀ ਕੁਆਲਿਫੀਕੇਸ਼ਨ ਹੈ BCA ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਐਂਡ ਲੜਕੀ ਦੀ ਜਿਹੜੀ ਹਾਈਟ 5 ਫੁੱਟ 5 ਇੰਚ ਹੈ ਲੜਕੀ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਏਰੀਆ ਤੋਂ ਬਿਲੋਂਗ ਕਰਦੀ ਹੈ ਔਰ ਇਹਨਾਂ ਨੂੰ ਜਿਹੜਾ ਹੈ ਯੂਐਸਏ ਦੇ ਵਿੱਚ ਪ੍ਰੋਫਾਈਲ ਚਾਹੀਦਾ ਹੈ ਲੜਕਾ ਯੂਐਸਏ ਦਾ ਸਿਟੀਜ਼ਨ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 192 ਜੁਲਾਹਾ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 1/7/1996 ਜੀ ਹਾਂ 1 ਫਾਸਟ ਜੁਲਾਈ 1996 ਲੜਕੀ ਦੀ ਜਿਹੜੀ ਹਾਈਟ ਹੋਏਗੀ 5 ਫੁੱਟ 5 ਇੰਚ ਐਂਡ ਲੜਕੀ ਜਿਹੜੀ ਹੈ ਉਹ ਐਮਬੀਬੀਐਸ ਡਾਕਟਰ ਦੀ ਡਿਗਰੀ ਜਸਟ ਉਹਨਾਂ ਨੇ ਹਜੇ ਕੰਪਲੀਟ ਕੀਤੀ ਹੈ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਗੁਰਦਾਸਪੁਰ ਏਰੀਆ ਤੋਂ ਔਰ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਪ੍ਰੋਫਾਈਲ ਚਾਹੀਦਾ ਹੈ ਬਟ ਲੜਕਾ ਜਿਹੜਾ ਯੂਐਸਏ ਦਾ ਸਿਟੀਜ਼ਨ ਹੋਵੇ ਨੈਕਸਟ ਹੈ ਪ੍ਰੋਫਾਈਲ ਨੰਬਰ 193 ਮਜਬੀ ਸਿੱਖ ਕਾਸਤ ਦੀ ਲੜਕੀ ਹੈ 381998 ਇਹਨਾਂ ਦੀ ਡੇਟ ਆਫ ਬਰਥ ਹੈ ਜੀ ਹਾਂ 3rd ਅਗਸਟ 1998 ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈਗੀ ਹੈ ਬੀਐਸਸੀ ਨਰਸਿੰਗ ਲੜਕੀ ਦੀ ਜਿਹੜੀ ਹਾਈਟ 5 ਫੁੱਟ 5 ਇੰਚ ਲੜਕੀ ਪੰਜਾਬ ਦੇ ਵਿੱਚ ਬਿਲੋਂਗ ਕਰਦੀ ਹੈ ਕੋਟਕਪੂਰਾ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਐਨਆਰਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਰਵੀ ਦਾਸੀ ਕਾਸਤ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 95 1997 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਬੀ ਕਾਮ ਬੈਚਲਰ ਆਫ ਕਾਮਰਸ ਤੇ ਲੜਕੀ ਪੰਜਾਬ ਦੇ ਵਿੱਚ ਪਠਿੰਡਾ ਸਿਟੀ ਨੂੰ ਬਿਲੋਂਗ ਕਰਦੀ ਹੈ ਐਟ ਪ੍ਰੈਸੈਂਟ ਜਿਹੜਾ ਹੈ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਪਠਿੰਡਾ ਸਿਟੀ ਦੇ ਵਿੱਚ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 195 ਮਹਿਰਾ ਕਾਸਟ ਦੀ ਲੜਕੀ ਹੈ 651997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਦੀ ਕੁਆਲੀਫਿਕੇਸ਼ਨ ਹੈ ਬੀ ਟੈਕ ਲੜਕੀ ਜਿਹੜੀ ਹੈ ਸੰਗਰੂਰ ਏਰੀਆ ਨੂੰ ਬਿਲੋਂਗ ਕਰਦੀ ਹੈ ਔਰ ਇਹਨਾਂ ਨੂੰ ਜਿਹੜਾ ਹੈ ਕਿਸੇ ਵੀ ਕਾਸਟ ਦੇ ਵਿੱਚ ਹਿੰਦੂ ਕਾਸਟ ਜਾਂ ਸਿੱਖ ਕਾਸਟ ਦੇ ਵਿੱਚ ਲੜਕਾ ਹੋਵੇ ਜਿਹੜਾ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਉੱਥੇ ਇਹ ਰਿਸ਼ਤਾ ਆਪਣਾ ਕਰ ਲੈਣਗੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 196 ਨਾਈ ਸਿੱਖ ਕਾਸਟ ਦੀ ਲੜਕੀ ਹੈ ਜਿਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਹੈਗੀ ਆ 7 5 1998 ਜੀ ਹਾਂ 7th ਮਈ 1998 ਅ ਬਾਈ ਮਿਸਟੇਕ ਮੈਂ ਫੇਰ ਪੇਟ ਕਰਦਾ ਪ੍ਰੋਫਾਈਲ ਨੰਬਰ 195 ਮਹਿਰਾ ਕਾਸਟ ਦੀ ਲੜਕੀ ਹੈ 65 1997 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ 5 ਫੁੱਟ 5 ਇੰਚ ਜਿਹੜੀ ਇਹਨਾਂ ਦੀ ਹਾਈਟ ਹੈ ਲੜਕੀ ਨੇ ਬੀਟਕ ਕੀਤੀ ਹੋਈ ਆ ਸੰਗਰੂਰ ਜਿਹੜਾ ਹੈ ਉਹ ਇਹਨਾਂ ਦਾ ਏਰੀਆ ਹੈ ਔਰ ਇਹਨਾਂ ਨੂੰ ਯੂ ਐਸ ਏ ਦੇ ਵਿੱਚ ਲੜਕਾ ਸਿਟੀਜ਼ਨ ਹੋਵੇ ਉਹ ਪ੍ਰੋਫਾਈਲ ਚਾਹੀਦਾ ਹੈ ਚਾਹੇ ਲੜਕਾ ਕਿਸੇ ਵੀ ਕਾਸਟ ਦਾ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਜਿਹੜਾ ਸਿੱਖ ਕਾਸਟ ਨੂੰ ਬਣਾਉਂ ਕਰਦਾ ਹੋਵੇ ਬਾਟਰ ਲੜਕਾ ਜਿਹੜਾ ਹੈ ਯੂਐਸਏ ਦਾ ਸਿਟੀਜ਼ਨ ਹੋਵੇ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 196 ਨਾਈ ਸਿੱਖ ਕਾਸ ਦੀ ਲੜਕੀ ਹੈ ਜਿਨ੍ਹਾਂ ਦੀ ਡੇਟ ਆਫ ਬਰਥ ਹੈ 7 5 1998 ਜੀ ਹਾਂ ਸੈਮੰਥ ਮੇ 1998 ਔਰ ਇਹ ਵਾਲੀ ਜਿਹੜੀ ਲੜਕੀ ਹੈ 5 ਫੁੱਟ 4 ਇੰਚ ਇਹਨਾਂ ਦੀ ਹਾਈਟ ਹੈ ਲੜਕੀ ਨੇ ਬੀ ਫਾਰਮੇਸੀ ਕੀਤੀ ਹੋਈ ਹੈ ਔਰ ਇਹ ਬਰਨਾਲਾ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੂੰ ਜਿਹੜਾ ਹੈ ਪ੍ਰੋਫਾਈਲ ਚਾਹੀਦਾ ਹੈ ਕਿ ਜਿਹੜੇ ਹਾਂ ਜਿਹੜੀ ਫੈਮਿਲੀ ਆ ਉਹ ਕੈਨੇਡਾ ਜਾਂ ਆਸਟ੍ਰੇਲੀਆ ਦੀ ਸਿਟੀਜ਼ਨ ਹੋਵੇ ਕਿਉਂਕਿ ਇਹ ਜਿਹੜਾ ਲੜਕੀ ਦਾ ਬ੍ਰਦਰ ਤੇ ਸਿਸਟਰ ਨੇ ਉਹ ਵੀ ਜਿਹੜੇ ਨੇ ਯੂਐਸਏ ਦੇ ਵਿੱਚ ਹੈ ਬ੍ਰਦਰ ਔਰ ਸਿਸਟਰ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈ ਇਸ ਕਰਕੇ ਇਹਨਾਂ ਨੇ ਯੂਐਸਏ ਜਾਂ ਆਸਟ੍ਰੇਲੀਆ ਦਾ ਜਿਹੜਾ ਉਹ ਰਿਸ਼ਤਾ ਲੈਣਾ ਹੈ ਨੈਕਸਟ ਆ ਜੀ ਪ੍ਰੋਫਾਈਲ ਨੰਬਰ 197 크੍ਰਿਸਚਨ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਜਿਹੜੀ ਡੇਟ ਆਫ ਬਰਥ ਹੈ 6 8 1998 5 ਫੁੱਟ 5 ਇੰਚ ਇਹਨਾਂ ਦੀ ਹਾਈਟ ਆ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀਬੀਏ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਲੜਕੀ ਜਿਹੜੀ ਉਹ ਪ੍ਰਾਈਵੇਟ ਜੌਬ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਖੰਨਾਰੀਆਂ ਨੂੰ ਬਲੋਂਗ ਕਰਦੀ ਹੈ ਇਹਨਾਂ ਨੂੰ ਜਿਹੜਾ ਹੈ ਗਵਰਨਮੈਂਟ ਜੌਬ ਕਰਨ ਵਾਲਾ ਲੜਕਾ ਚਾਹੀਦਾ ਹੈ ਬਸ ਲੜਕਾ ਜਿਹੜਾ ਹੈ ਉਹ ਖੰਨਾ ਸਿਟੀ ਨੇ ਬਲੋਂਗ ਕਰਦਾ ਹੋਵੇ ਤੇ ਜਾਂ ਲੜਕਾ ਐਨ ਆਰ ਆਈ ਹੋਵੇ ਪਰ ਇਹਨਾਂ ਨੂੰ ਆਪਣੇ ਲੋਕਲ ਇਹਨਾਂ ਨੇ ਰਿਸ਼ਤਾ ਕਰਨਾ ਹੈ ਇਹਨਾਂ ਨੂੰ ਖੰਨਾ ਸਿਟੀ ਤੋਂ ਹੀ ਪ੍ਰੋਫਾਈਲ ਚਾਹੀਦਾ ਹੈ ਨੈਕਸਟ ਹੈ ਪ੍ਰੋਫਾਈਲ ਨੰਬਰ 198 ਜੱਟ ਸਿੱਖ ਕਾਸਦੀ ਲੜਕੀ ਹੈ ਜਿਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 7 8 1997 ਜੀ ਹਾਂ 7th ਅਗਸਟ 1997 ਲੜਕੀ ਜੀ ਜਿਹੜੀ ਕੁਆਲੀਫਿਕੇਸ਼ਨ ਉਹ ਹੈ MBA ਐਂਡ ਲੜਕੀ ਦੀ ਹਾਈਟ ਆ 5 ਫੁੱਟ 5 ਇੰਚ ਲੜਕੀ ਜਿਹੜੀ ਹੈ ਕੈਨੇਡਾ ਦੀ ਸਿਟੀਜ਼ਨ ਹੈ ਲੜਕੀ ਜਿਹੜੀ ਹੈ ਰਾਮਪੁਰਾ ਫੂਲ ਤੋਂ ਬਿਲੋਂਗ ਕਰਦੀ ਪੰਜਾਬ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਨੈਕਸਟ ਹੈ ਜੀ ਪ੍ਰੋਫਾਈਲ ਨੰਬਰ 198 ਜੱਟ ਸਿੱਖ ਕਾਸਤੀ ਲੜਕੀ ਹੈ 85 1998 ਜਿਹੜੀ ਇਹਨਾਂ ਦੀ ਡੇਟ ਆਫ ਬਰਥ ਹੈ ਬੀ ਟੈਕ ਜਿਹੜੀ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਔਰ ਲੜਕੀ ਜਿਹੜੀ ਯੂ ਐਸ ਏ ਦੇ ਵਿੱਚ ਪੀ ਆਰ ਹੈ ਉੱਥੇ ਇਹਨਾਂ ਦੀ ਫੈਮਿਲੀ ਸਾਰੀ ਯੂ ਐਸ ਏ ਦੇ ਵਿੱਚ ਹੈ ਕੈਲੀਫੋਰਨੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੋਗਾ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਜਿਹੜਾ ਹੈ ਯੂ ਐਸ ਏ ਦਾ ਸਿਟੀਜ਼ਨ ਲੜਕਾ ਜਿਹੜਾ ਹੈ ਉਹ ਚਾਹੀਦਾ ਹੈ ਐਂਡ ਜਿਹੜੀ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਮੋਗਾ ਏਰੀਆ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਹੈ ਹਾਂਜੀ ਨੀਅਰ ਅਬਾਊਟ 90 ਏਕਰ ਜਿਹੜੀ ਇਹਨਾਂ ਦੀ ਜ਼ਮੀਨ ਹੈ ਦੋ ਇਹਨਾਂ ਦੇ ਪੈਲੈਸ ਨੇ ਇਸ ਤੋਂ ਇਲਾਵਾ ਇੱਕ ਇਹਨਾਂ ਦਾ ਸਿਨੇਮਾ ਹੈ ਤੇ ਹੋਰ ਵੀ ਬਹੁਤ ਸਾਰੀ ਪ੍ਰਾਪਰਟੀ ਇਹਨਾਂ ਦੀ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਉਹ ਮੋਗਾ ਸਿਟੀ ਦੇ ਵਿੱਚ ਹੈ ਸੋ ਨੈਕਸਟ ਹੈ ਸਾਡੇ ਕੋਲ ਪ੍ਰੋਫਾਈਲ ਨੰਬਰ 100 ਸੌਰੀ ਨੈਕਸਟ ਹੈ ਸਾਡੇ ਕੋਲ ਪ੍ਰੋਫਾਈਲ ਨੰਬਰ 200 200 ਜੀ ਹਾਂ ਲੜਕੀ ਦੀ ਜਿਹੜੀ ਕਾਸਟ ਹੈ ਉਹ ਹੈ ਜੱਟ ਸਿੱਖ ਲੜਕੀ ਦੀ ਡੇਟ ਆਫ ਬਰਥ ਹੈ 6 9 1997 ਜੀ ਹਾਂ 6th 6th ਸੈਪਟੈਂਬਰ 1997 ਲੜਕੀ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਬੀ ਐਸ ਸੀ ਨਰਸਿੰਗ ਜੀ ਹਾਂ ਲੜਕੀ ਨੇ ਬੀ ਐਸ ਸੀ ਨਰਸਿੰਗ ਕੀਤੀ ਹੈ ਔਰ ਇਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਨੇ ਮੁਕਤਸਰ ਏਰੀਆ ਤੋਂ ਔਰ ਇਹਨਾਂ ਨੂੰ ਜਿਹੜਾ ਹੈ ਐਨ ਆਰ ਆਈ ਪ੍ਰੋਫਾਈਲ ਚਾਹੀਦਾ ਹੈ ਚਾਹੇ ਲੜਕਾ ਯੂ ਐਸ ਏ ਦੇ ਵਿੱਚ ਹੋਵੇ ਆਸਟ੍ਰੇਲੀਆ ਦੇ ਵਿੱਚ ਹੋਵੇ ਜਾਂ ਉਹ ਨਿਊਜ਼ੀਲੈਂਡ ਦੇ ਵਿੱਚ ਹੋਵੇ ਬਟ ਲੜਕਾ ਜਿਹੜਾ ਹੈ ਸਿਟੀਜ਼ਨ ਜਾਂ ਪੀ ਆਰ ਹੋਵੇ ਸੋ ਇਹ ਹਨ ਸਾਡੇ ਕੋਲ ਅੱਜ ਦੇ ਪ੍ਰੋਫਾਈਲ 730 ਪ੍ਰੋਫਾਈਲ ਵਾਲੀ ਜਿਹੜੀ ਸੀਰੀਅਲ ਵਾਈਜ਼ ਲੜੀ ਚੱਲ ਰਹੀ ਹੈ ਉਹਦੇ ਵਿੱਚ ਪਾਰਟ 2 101 ਤੋਂ ਲੈ ਕੇ 200 ਤੱਕ ਪ੍ਰੋਫਾਈਲਸ ਤੇ ਨੈਕਸਟ ਜਿਹੜੀ ਸਾਡੀ ਵੀਡੀਓ ਆਏਗੀ ਉਹਦੇ ਵਿੱਚ 201 ਤੋਂ ਲੈ ਕੇ 300 ਤੱਕ ਪ੍ਰੋਫਾਈਲਸ ਹੋਣਗੇ ਜਿਹਦੇ ਵਿੱਚ ਅਲੱਗ-ਅਲੱਗ ਕਾਸਟ ਅਲੱਗ-ਅਲੱਗ ਏਰੀਆਜ਼ ਅਲੱਗ-ਅਲੱਗ ਕੁਆਲੀਫਿਕੇਸ਼ਨ ਤੋਂ ਜਿਹੜੀਆਂ ਪ੍ਰੋਫਾਈਲਸ ਰਿਲੇਟਡ ਹੋਣਗੇ ਸੋ ਜਿਹੜੇ ਅੱਜ ਦੇ ਅਸੀਂ ਪ੍ਰੋਫਾਈਲਸ ਦੱਸੇ ਆ ਜੇ ਤੁਹਾਡੀ ਉਹਨਾਂ ਪ੍ਰਤੀ ਕੋਈ ਵੀ ਕੁਇਰੀ ਹੈ ਜਾਂ ਤੁਸੀਂ ਕੋਈ ਹੋਰ ਇਨਫਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਕੰਟੈਕਟ ਕਰਨ ਵਾਸਤੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਹੈ ਜਾਂ ਵਾਇਸ ਮੈਸੇਜ ਕਰਨਾ ਹੈ ਔਰ ਜਿਹੜਾ ਪ੍ਰੋਫਾਈਲ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਚ ਹੋ ਰਿਹਾ ਹੈ ਉਹ ਤੁਸੀਂ ਜਿਹੜਾ ਹੈ ਉਸ ਦਾ ਨੰਬਰ ਸਾਨੂੰ ਦੱਸਣਾ ਹੈ ਔਰ ਆਪਣਾ ਤੁਸੀਂ ਪ੍ਰੋਫਾਈਲ ਸੈਂਡ ਕਰ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਜਿਹੜੇ ਆਪਣੀ ਐਡ ਦੇਣੀ ਚਾਹੁੰਦੇ ਆ ਤਾਂ ਤੁਸੀਂ ਜਿਹੜਾ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਸਾਨੂੰ ਮੈਸੇਜ ਭੇਜੇਗਾ ਕਿ ਹਾਂ ਅਸੀਂ ਆਪਣੀ ਐਡ ਕਰਾਉਣੀ ਚਾਹੁੰਦੇ ਆ ਉਹਨਾਂ ਦੀ ਹੀ ਐਡ ਜਿਹੜੀ ਲਗਾਈ ਜਾਂਦੀ ਆ ਬਲਕਿ ਨਾ ਕਿ ਸਾਰਿਆਂ ਦੀ ਐਡ ਅਸੀਂ ਲਗਾਨੇ ਆ ਜਿਹੜਾ ਸਾਨੂੰ ਸਪੈਸ਼ਲੀ ਇਹ ਗੱਲ ਕਹਿੰਦੇ ਆ ਕਿ ਸੀ ਆਪਣੀ ਪ੍ਰੋਫਾਈਲਸ ਦੀ ਐਡ ਲਗਾਣੀ ਚਾਹੁੰਦੇ ਆ ਉਹ ਉਹਨਾਂ ਦੀ ਸਿਰਫ ਐਡ ਲੱਗੇਗੀ ਜਿਹੜੇ ਕਹਿਣਗੇ ਕਿ ਅਸੀਂ ਐਡ ਨਹੀਂ ਲਗਾਣੀ ਉਸ ਤਰ੍ਹਾਂ ਹੀ ਜਿਹੜੇ ਤੁਸੀਂ ਪ੍ਰੋਫਾਈਲ ਜਿਹੜੇ ਮੈਚ ਸਾਡੇ ਨਾਲ ਕਰ ਸਕਦੇ ਹੋ ਜਿਹੜੇ ਸਾਡੇ ਕੋਲ ਆਲਰੇਡੀ ਹੈਗੇ ਆ ਤੇ ਤੁਹਾਡੀ ਜਿਹੜੀ ਆ ਉਹ ਪ੍ਰੋਫਾਈਲ ਜਿਹੜੀ ਆ ਸਾਡੇ ਕੋਲ ਆਏਗੀ ਔਰ ਅਸੀਂ ਤੁਹਾਡੇ ਵਾਸਤੇ ਜਿਹੜਾ ਸੂਟੇਬਲ ਮੈਚ ਜਿਹੜਾ ਲੱਭ ਕੇ ਦਵਾਂਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇਨਾ ਹੀ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ